ਇਸ ਵੇਲੇ ਉਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਜਦੋਂ ਤੱਕ ਅਸੀਂ ਠੰਡਾ ਪਾਣੀ ਨਾ ਪੀਏ ਉਦੋਂ ਤੱਕ ਪਿਆਸ ਨਹੀਂ बुझਦੀ ਤੇ ਜੇਕਰ ਠੰਡਾ ਪਾਣੀ ਪੀ ਲਈਏ ਤਾਂ ਖਾਂਸੀ ਨਹੀਂ ਹਟਦੀ ਜ਼ੁਕਾਮ ਹੋ ਜਾਂਦਾ ਹੈ ਹਾਂ ਹੈ ਕੁਝ ਗੱਲਬਾਤ ਮੈਂ ਕਹਿੰਦਾ ਗੱਲਬਾਤ ਇਹ ਮਜ਼ਾ ਆ ਗਿਆ ਜੀ ਚਮਚਾ ਮੂਜ ਤੇ ਖੰਗ ਖੂਚ ਇਹ ਉਹੀ ਨੁਸਖਾ ਫਾਰਮੂਲਾ ਦੇਖੋ ਮਿਸ਼ਰੀ ਇਹਦੇ ਵਿੱਚ ਹੈ ਵੰਸ਼ ਲੋਚਨ ਹੈ ਮਗਾ ਨੇ ਛੋਟੀ ਇਲਾਇਚੀ ਹੈ ਦਾਲਚੀਨੀ ਹੈ ਔਰ ਇਹ ਸਾਰਿਆਂ ਦਾ ਪੀਸਿਆ ਹੋਇਆ ਨੁਸਖਾ ਹੈ ਇਹਦੇ ਵਿੱਚ ਆਪਣੀ ਰਸੋਈਆਂ ਦੇ ਵਿੱਚ ਇਹ ਸਾਰਾ ਥੋੜਾ ਥੋੜਾ ਸਮਾਨ ਰੱਖ ਲਓ ਜਦੋਂ ਵੀ ਬੱਚੇ ਨੂੰ ਕੁਝ ਹੁੰਦਾ ਤਾਂ ਨਾਲ ਦੀ ਨਾਲ ਉਹਨੂੰ ਥੋੜਾ ਜਿਹਾ ਇਹ ਨੁਸਖਾ ਫਾਰਮੂਲਾ ਚਟਾ ਦੋ ਖੰਸੀ ਹੈ ਦਮਾ ਹੋ ਗਿਆ ਖੰਗ ਦੀ ਪ੍ਰੋਬਲਮ ਜ਼ੁਕਾਮ ਹੋ ਗਿਆ ਨਜਲਾ ਹੋ ਗਿਆ ਡਾਕਟਰ ਕਹਿੰਦੇ ਨੇ ਹੱਡੀ ਵੱਧ ਗਈ ਛਾਤੀ 'ਚ ਜਿਹੜੀ ਕੰਜੈਸ਼ਨ ਹੋ ਜਾਂਦੀ ਹੈ ਜਾਂ ਡਸਟ ਅਲਰਜੀ ਸਾਨੂੰ ਹੋ ਜਾਂਦੀ ਹੈ ਧੂੜ ਤੋਂ ਹੋ ਜਾਂਦੀ ਹੈ ਕਣਕ ਜਾਂ ਝੋਨੇ ਦੀ ਫੱਕ ਤੋਂ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਉੱਪਰ ਇਹਦਾ ਬਹੁਤ ਵਧੀਆ ਜਿਹੜਾ ਪ੍ਰਯੋਗ ਜਿਹੜਾ ਹਮੇਸ਼ਾ ਹੀ ਕੀਤਾ ਜਾ ਸਕਦਾ ਬਿਲਕੁਲ ਹਾਨੀ ਰਹਿਤ ਇਹ ਫਾਰਮੂਲਾ ਹੈ ਆਪਣਾ ਜੀ ਜੀ ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ ਖਾਣਾ ਵਧੀਆ ਖਾਣੇ ਹੋ ਤੇ ਇਸ ਤਰ੍ਹਾਂ ਕਲੀਨ ਰਹਿੰਦੀ ਹੈ ਗਲਤ ਚੀਜ਼ਾਂ ਤੁਸੀਂ ਨਹੀਂ ਯੂਜ਼ ਕਰਦੇ ਤੇ ਜਦੋਂ ਇਹ ਕੀ ਹੁੰਦਾ ਹੈ ਕਿ ਇਹ ਫੇਫੜਿਆਂ ਦੇ ਅੰਦਰ ਜਦੋਂ ਗਲਤ ਚੀਜ਼ਾਂ ਭਰ ਜਾਂਦੀਆਂ ਨੇ ਠੰਡੀਆਂ ਤੇ ਇਹਦੇ ਨਾਲ ਇਹ ਸਿਕੜਨੀਆਂ ਸਟਾਰਟ ਹੋ ਜਾਂਦੀਆਂ ਨੇ ਜਿਵੇਂ ਆ ਕਫ ਬਲਗਮ ਵਗੈਰਾ ਕਿੰਨੀ ਸਾਰੀ ਦਿਖ ਰਹੀ ਹੈ ਜਿਨ੍ਹਾਂ ਨੇ ਪੂਰਾ ਰੈਡੀ ਲੈਣਾ ਦਾ ਸ਼ੈਦ ਦਾ ਝੰਝੜ ਕਰਨਾ ਨਾ ਕੋਈ ਹੋਰ ਜਿਹੜੀਆਂ ਦਵਾਈਆਂ ਨੇ ਉਹਦੇ ਚ ਕਮ ਸੇ ਕਮ ਹੀ 13 ਚੀਜ਼ਾਂ ਇਹਦੇ ਚ ਐਕਸਟਰਾ ਹੋਰ ਨੇ ਜਿਹੜੀਆਂ ਅਸੀਂ ਇਸ ਅਪਡੇਟਡ ਵਰਜਨ ਦੇ ਵਿੱਚ ਪਾ ਕੇ ਰੱਖਦੇ ਆ। ਇਹ ਸ਼્વાસਨਿਲ ਹੈਗੀ ਆ ਜੀ। ਇਹਨੂੰ ਨਹੀਂ ਭੁੱਲਦੇ ਜੀ ਲੋਕ ਮੈਂ ਵੀ ਨਹੀਂ ਭੁੱਲਦਾ। ਹਾਂ ਬਿਲਕੁਲ ਇਹ ਸ਼્વાસਨਿਲ ਇਹ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਸੀਗਾ। ਬਹੁਤ ਵਾਰ ਹੁੰਦਾ ਬੰਦਾ ਇੰਨਾ ਖਾਂਸਦਾ ਇੰਨਾ ਖਾਂਸਦੇ ਕਿ ਉਹਨੂੰ ਸਾਹ ਚੜ ਜਾਂਦਾ ਔਰ ਬਹੁਤ ਵਾਰ ਇੰਨਾ ਜ਼ਿਆਦਾ ਖਾਂਸਦੇ ਕਿ ਉਹਦੇ ਮਤਲਬ ਖਾਂਸੀ ਦੇ ਵਿੱਚੋਂ ਬਲਗਮ ਦੇ ਵਿੱਚੋਂ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਖੂਨ ਆ ਜਾਂਦਾ ਔਰ ਬਹੁਤ ਵਾਰ ਹੁੰਦੇ ਕਿ ਖਾਂਸਦਾ ਤਾਂ ਉਹਦੇ ਦਰਦ ਬੜਾ ਹੁੰਦਾ ਛਾਤੀ 'ਚ ਜੀ ਇਹ ਸਾਰਿਆਂ ਦਾ ਹੱਲ ਕਰੂਗਾ ਨੁਸਖਾ ਬਿਲਕੁਲ ਜੀ ਇਹ ਅੰਬਲਸੀ ਲੈ ਲੈਣੇ ਰਾਤ ਨੂੰ ਪੱਖਾ ਸੀ ਲੈਣੇ ਛੱਡ ਅਸੀਂ ਕਹਿੰਦੇ ਵੀ ਠੰਡ ਵੀ ਲੱਗਦੀ ਹੈ ਤੇ ਸਾਡੇ ਪੈਰ ਵੀ ਬਾਹਰ ਕਹਿੰਦੇ ਵੀ ਪੈਰਾਂ 'ਚ ਜੋ ਸੇਕ ਬੜਾ ਨਿਕਲਦਾ ਉਹ ਫਿਰ ਉਹ ਕੀ ਹੁੰਦਾ ਜੀ ਮਨੁਸਨ ਇਹ ਲ ਚੂਰਨ ਹੈਗਾ ਇਹ ਜਿਹੜਾ ਆਪਾਂ ਬਣਾ ਕੇ ਰੱਖਿਆ ਪਿਆ ਇਹਦਾ ਯੂਜ਼ ਜਿਹੜਾ ਹੈ ਉਹ ਤੁਸੀਂ ਸ਼ਹਿਦ ਦੇ ਨਾਲ ਅਗਰ ਕਰਦੇ ਹੋ ਤੁਹਾਡੇ ਤਲੀਆਂ ਚੋਂ ਹੱਥਾਂ ਪੈਰਾਂ ਚੋਂ ਜਿਹੜਾ ਸੇਕ ਹੈ ਉਹ ਨਿਕਲਣਾ ਉਹ ਘਟ ਜਾਂਦਾ ਹੌਲੀ ਹੌਲੀ ਬੰਦ ਹੋ ਜਾਂਦਾ ਇੱਕ ਵਾਰ ਖੰਗ ਹੋ ਗਿਆ ਉਹ ਹੋ ਹੀ ਜਾਂਦੀ ਹੈ ਹੋ ਹੀ ਜਾਂਦੀ ਹੈ ਹੋ ਹੀ ਜਾਂਦੀ ਹੈ ਉਹਦੇ ਵਾਸਤੇ ਕੁਝ ਇਹਦੇ ਚ ਐਕਸਟਰਾ ਪਾਉਣਾ ਪਏਗਾ ਯਾ ਇਹਦੇ ਨਾਲ ਹੀ ਕੰਮ ਚੱਲ ਜਾਏਗਾ ਤਮਾ ਦਮ ਦੇ ਨਾਲ ਲੋਕ ਬੋਲਦੇ ਆ ਦਮਾ ਦਮ ਦੇ ਨਾਲ ਹੀ ਜਾਂਦਾ ਨਹੀਂ ਅਸੀਂ ਪ੍ਰੂਵ ਕਰ ਚੁੱਕੇ ਹਾਂ ਬਹੁਤ ਸਾਰੇ ਸਾਡੇ ਪੇਸ਼ੈਂਟ ਨੇ ਜਿਨ੍ਹਾਂ ਦਾ ਦਮਾ ਹੂਪਿੰਗ ਕਫ ਐ ਚਾਇਓ ਤੇ ਚਾਇਓ ਕਾਰਡੀਕ ਅਸਥਮਾ ਆ ਗਿਆ ਉਹਨਾਂ ਦਾ ਧਮਕ ਸ਼્વાસ ਜਿਹਨੂੰ ਬੋਲਦੇ ਹਰ ਤਰ੍ਹਾਂ ਦੇ ਦਮੇ ਦੇ ਉੱਤੇ ਵੀ ਇਹਨੇ ਕੰਮ ਕੀਤਾ ਬਟ ਉਹਦੇ ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹ ਵੀ ਇਹ ਫਾਰਮੂਲਾ ਯੂਜ਼ ਕਰ ਸਕਦੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਸ ਵੇਲੇ ਉਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਜਦੋਂ ਤੱਕ ਅਸੀਂ ਠੰਡਾ ਪਾਣੀ ਨਾ ਪੀਏ ਉਦੋਂ ਤੱਕ ਪਿਆਸ ਨਹੀਂ ਬੁਝਦੀ ਤੇ ਜੇਕਰ ਠੰਡਾ ਪਾਣੀ ਪੀ ਲਈਏ ਤਾਂ ਖਾਂਸੀ ਨਹੀਂ ਹਟਦੀ ਜ਼ੁਕਾਮ ਹੋ ਜਾਂਦਾ ਹੈ ਨਜ਼ਲਾ ਹੋ ਜਾਂਦਾ ਹੈ ਬੁਖਾਰ ਤੱਕ ਜਿਹੜਾ ਸਾਨੂੰ ਵੀ ਹੋ ਜਾਂਦਾ ਤੇ ਸਾਡੇ ਜੁਆਕਾਂ ਨੂੰ ਵੀ ਬੁਖਾਰ ਆ ਕੇ ਹਿਰਦਾ ਹੈ ਅਜੇ ਦੇ ਵਿੱਚ ਜਿਹੜੀ ਸ਼ੁਰੂਆਤ ਹੈਗੀ ਆ ਉਹ ਖਰਾਬ ਗਲੇ ਤੋਂ ਹੁੰਦੀ ਹੈ ਜਦੋਂ ਅਸੀਂ ਠੰਡਾ ਪਾਣੀ ਪੀ ਲੰਨੇ ਆ ਕੋਸ਼ਿਸ਼ ਇਹ ਕੀਤੀ ਜਾਵੇ ਤੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਠੰਡਾ ਪਾਣੀ ਅਵੋਇਡ ਕੀਤਾ ਜਾਵੇ ਪਰ ਬਹੁਤ ਵਾਰ ਹੁੰਦਾ ਹੈ ਕਿ ਬੱਚੇ ਵੀ ਨਹੀਂ ਮੰਨਦੇ ਵੱਡੇ ਵੀ ਨਹੀਂ ਮੰਨਦੇ ਤੇ ਜਦੋਂ ਤੱਕ ਅਸੀਂ ਠੰਡਾ ਪਾਣੀ ਨਾ ਪੀਏ ਸਾਡੀ ਜਿਹੜੀ ਪਿਆਸ ਵੀ ਨਹੀਂ ਮੰਦੀ ਅਜੇਹੇ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਖਾਂਸੀ ਜ਼ੁਕਾਮ ਛਿੱਕਾ ਨਜ਼ਲਾ ਅੱਖਾਂ ਚੋਂ ਪਾਣੀ ਗਲਾ ਖਰਾਬ ਹੋ ਜਾਵੇ ਤਾਂ ਫਿਰ ਤੁਹਾਨੂੰ ਉਹੀ ਨੁਸਕਾ ਉਹੀ ਟੋਟਕਾ ਸੀ ਯਾਦ ਕਰਵਾਉਣ ਵਾਲਿਆਂ ਜਿਹੜਾ ਚਮਚਾ ਜਿਹੜਾ ਅੰਦਰ ਤੇ ਖੰਗ ਜਲੰਦਰ ਸਾਡੇ ਨਾਲ ਜੀ ਜੀ ਡਾਕਟਰ ਸਾਹਿਬ ਫਰੂਕੀ ਸਾਹਿਬ ਪਿਛਲੀ ਵਾਰੀ ਬਹੁਤ ਗੜਬੜ ਹੋਈ ਜਿਹੜੇ ਚਮਚਾ ਅੰਦਰ ਤੇ ਖੰਗ ਜਲੰਦਰ ਵਾਲੇ ਜਿਹੜੇ ਤੁਸੀਂ ਬੋਲੇ ਸੀ ਨਾ ਤਾਂ ਲੋਕਾਂ ਨੇ ਬਹੁਤ ਇਤਰਾਜ਼ ਕੀਤਾ ਵੀ ਕਹਿੰਦੇ ਇਹ ਤਾਂ ਪਹਿਲਾਂ ਹੀ ਸਾਡੇ ਤੇ ਇੱਧਰ ਹੋਈ ਪਈ ਹੈ ਤੇ ਤੁਸੀਂ ਹੋਰ ਭੇਜੀ ਜਾਂਦੇ ਹੋ ਹੁਣ ਤੁਸੀਂ ਇਹ ਕਹੋ ਵੀ ਚਮਚਾ ਮੂੰਹ ਚ ਤੇ ਖੰਗ ਖੂਚ ਅੱਛਾ ਨਵਾਂ ਨਵਾਂ ਡਾਇਲੋਗ ਹੈ ਹਾਂ ਚਮਚਾ ਮੂੰਹ ਤੇ ਖੰਗ ਕੂਚ ਅੱਛਾ ਇਹ ਉਹੀ ਸਾਰੇ ਚੀਜ਼ਾਂ ਨੇ ਜਿਹੜੇ ਅਸੀਂ ਤੁਹਾਨੂੰ ਦਿਖਾਇਆ ਸੀ ਪਿਛਲੀ ਵਾਰ ਤੇ ਇਸ ਨੁਸਖੇ ਦਾ ਇਸ ਫਾਰਮੂਲੇ ਦਾ ਤੁਰੰਤ ਅਸਰ ਵੀ ਤੁਹਾਨੂੰ ਅਸੀਂ ਦਿਖਾਇਆ ਸੀ ਇਹ ਉਹੀ ਨੁਸਖਾ ਫਾਰਮੂਲਾ ਦੇਖੋ ਮਿਸ਼ਰੀ ਇਹਦੇ ਵਿੱਚ ਹੈ ਵੰਸ਼ਲੋਚਨ ਹੈ ਮਗਾ ਨੇ ਛੋਟੀ ਇਲਾਇਚੀ ਹੈ ਦਾਲ ਚੀਨੀ ਹੈ ਔਰ ਇਹ ਸਾਰਿਆਂ ਦਾ ਪੀਸਿਆ ਹੋਇਆ ਨੁਸਖਾ ਇਹਦੇ ਵਿੱਚੋਂ ਅਸੀਂ ਇੱਕ ਚੀਜ਼ ਐਡ ਕਰਕੇ ਨਾਲ-ਨਾਲ ਤੁਹਾਨੂੰ ਅਸੀਂ ਦਿਖਾਵਾਂਗੇ ਘਰ ਦੇ ਵਿੱਚ ਬੈਠ ਕੇ ਆਪਣੀ ਰਸੋਈਆਂ ਦੇ ਵਿੱਚ ਇਹ ਸਾਰਾ ਥੋੜਾ-ਥੋੜਾ ਸਮਾਨ ਰੱਖ ਲਓ ਜਦੋਂ ਹੀ ਬੱਚੇ ਨੂੰ ਕੁਝ ਹੁੰਦਾ ਤਾਂ ਨਾਲ ਦੀ ਨਾਲ ਉਹਨੂੰ ਥੋੜਾ ਜਿਹਾ ਇਹ ਨੁਸਖਾ ਫਾਰਮੂਲਾ ਚਟਾ ਦੋ ਤੇ ਇਹਦਾ ਅਸਰ ਕੀ ਹੋਣ ਵਾਲਾ ਡਾਕਟਰ ਸਾਹਿਬ ਸਾਡੇ ਨੂੰ ਦੱਸਣਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਿਲਕੁਲ ਜੀ ਸਵਾਗਤ ਤੁਹਾਡਾ ਵੀ ਜੀ ਔਰ ਸਾਰੇ ਦਰਸ਼ਕਾਂ ਦੇ ਮੈਂ ਵੈਲਕਮ ਕਰਦਾ ਕਿ ਜਿਹੜਾ ਸਾਨੂੰ ਇੰਨਾ ਪਿਆਰ ਬਖਸ਼ਦੇ ਆ ਤੇ ਅੱਜ ਦੀ ਜਿਹੜੀ ਗੱਲ ਹੈ ਉਹ ਇਸ ਜਿਹੜਾ ਆਪਾਂ ਫਾਰਮੂਲਾ ਪਿਛਲੀ ਵਾਰੀ ਬਣਾਇਆ ਸੀਗਾ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਸੀਗਾ ਤੇ ਉਹ ਇੱਥੇ ਕਲੀਨਿਕ ਤੇ ਆ ਕੇ ਵੀ ਬਹੁਤ ਲੋਕਾਂ ਨੇ ਲਿਆ ਇਹਦੇ ਵਿੱਚ ਦੇਖੋ ਖਾਂਸੀ ਹੈ ਦਮਾ ਹੋ ਗਿਆ ਖੰਗ ਦੀ ਪ੍ਰੋਬਲਮ ਜ਼ੁਖਾਮ ਹੋ ਗਿਆ ਨਜਲਾ ਹੋ ਗਿਆ ਸਾਈਨਸ ਹੋ ਗਿਆ ਪੋਲਪਸ ਜਿਹੜੇ ਸਾਡੇ ਇੱਥੇ ਬਣ ਜਾਂਦੇ ਨੇ ਲੋਕੀ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਹੱਡੀ ਵੱਧ ਗਈ ਅਸਲ 'ਚ ਹੱਡੀ ਨਹੀਂ ਵੱਧੀ ਉਹ ਪੋਲਪਸ ਜਿਹੜੇ ਨੇ ਉਹ ਹੋਣ ਕਰਕੇ ਤੇ ਫੇਰ ਜਾਂ ਫਿਰ ਸਾਡੀ ਛਾਤੀ ਚ ਜਿਹੜੀ ਕੰਜੈਸ਼ਨ ਹੋ ਜਾਂਦੀ ਹੈ ਹਾਂ ਉਹ ਸਾਡੀਆਂ ਜਿਹੜੀਆਂ ਨਲਕੀਆਂ ਨੇ ਛਾਤੀ ਦੀਆਂ ਉਹ ਜਿਹੜੀਆਂ ਨੇ ਜਦੋਂ ਆਪਾਂ ਠੰਡਾ ਕੁਝ ਖਾ ਲੈਂਦੇ ਆ ਜਾਂ ਡਸਟ ਅਲਰਜੀ ਸਾਨੂੰ ਹੋ ਜਾਂਦੀ ਹੈ ਧੂੜ ਤੋਂ ਹੋ ਜਾਂਦੀ ਹੈ ਕਣਕ ਜਾਂ ਝੋਨੇ ਦੀ ਫੱਕ ਤੋਂ ਹੋ ਜਾਂਦੀ ਹੈ ਜਾਂ ਅਸੀਂ ਜਿਸ ਤਰ੍ਹਾਂ ਹੋਰ ਜਾਨਵਰ ਪਾਲੇ ਹੁੰਦੇ ਉਹਨਾਂ ਤੋਂ ਹੋ ਜਾਂਦੀ ਬਹੁਤ ਸਾਰੇ ਕਾਰਨ ਨੇ ਇਹ ਸਾਰਿਆਂ ਦੇ ਉੱਪਰ ਦਮਾ ਹਾਲਾਂਕਿ ਸਾਹ ਚੜਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਇਹਦਾ ਬਹੁਤ ਵਧੀਆ ਜਿਹੜਾ ਪ੍ਰਯੋਗ ਜਿਹੜਾ ਹਮੇਸ਼ਾ ਹੀ ਕੀਤਾ ਜਾ ਸਕਦਾ ਬਿਲਕੁਲ ਹਾਨੀ ਰਹਿਤ ਇਹ ਫਾਰਮੂਲਾ ਹੈ ਆਪਣਾ ਜੀ ਜੀ ਅੱਛਾ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਸੀ ਤੁਹਾਡੇ ਕੋਲੋਂ ਸਮਝਾਂਗੇ ਇਸ ਤਰ੍ਹਾਂ ਦੇ ਬਦਲਦੇ ਮੌਸਮ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਸੀ ਧਿਆਨ ਰੱਖੀਏ ਤਾਂ ਕਿ ਸਾਨੂੰ ਖਾਂਸੀ ਜ਼ੁਕਾਮ ਨਜ਼ਲਾ ਵਗੈਰਾ ਹੋਵੀ ਨਾ ਇਹ ਵੀ ਅਸੀਂ ਸਾਨੂੰ ਤੁਹਾਡੇ ਕੋਲ ਪੁੱਛਾਂਗੇ ਪਰ ਮੈਨੂੰ ਇਹ ਦੱਸ ਦਿਓ ਵੀ ਇਸ ਮੌਸਮ 'ਚ ਹੀ ਕਿਉਂ ਜ਼ਿਆਦਾਤਰ ਖਾਂਸੀ ਜ਼ੁਕਾਮ ਨਜ਼ਲਾ ਆ ਘੇਰਦੇ ਨੇ ਹਰੇਕ ਨੂੰ ਹਾਂ ਅਸਲ 'ਚ ਕੀ ਹੁੰਦਾ ਕਿ ਮੌਸਮ ਸੰਦੀ ਵਿਸ਼ੇਦ ਤੁਸੀਂ ਸਮਝਦੇ ਆ ਇੱਕ ਹਾਂ ਰੋਤ ਜਿਹੜੀ ਇੱਕ ਜਾ ਰਹੀ ਹੈ ਸਰਦ ਰੁੱਤ ਜਾ ਰਹੀ ਹੈ ਤੇ ਜਿਹੜੀ ਇਹ ਉਹ ਇਹ ਲਾਲੋਬੀ ਠੰਡ ਵਾਲੀ ਰੁੱਤ ਜਿਹੜੀ ਉਹ ਆ ਰਹੀ ਹੈ ਠੀਕ ਹੈ ਗਰਮੀ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਜਦੋਂ ਗਰਮੀ ਜਾ ਰਹੀ ਹੈ ਉਹਨੂੰ ਬੋਲਦੇ ਜਿਹੜੀ ਨਾ ਉਸ ਤੋਂ ਬਾਅਦ ਜਿਹੜੀ ਗ੍ਰੀਸ਼ਮ ਰਿਤੂ ਤੋਂ ਬਾਅਦ ਇੱਕ ਸਰਦ ਰਿਤ ਦਾ ਹੋਰ ਟਾਈਮ ਹੁੰਦਾ ਜਿਹਦੇ ਚ ਨਾ ਗਰਮੀ ਹੁੰਦੀ ਨਾ ਸਰਦੀ ਹੁੰਦੀ ਠੀਕ ਹੈ ਉਹਦਾ ਹੁਣ ਜਿਹੜਾ ਕਾਲ ਉਹ ਠੰਡ ਠੰਡ ਵੱਲ ਨੂੰ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਤੁਹਾਡਾ ਪੋਲਿਊਸ਼ਨ ਤੁਹਾਡੇ ਆਪਣੇ ਫਿਰਦਾ ਸਾਰਾ ਦਾ ਸਾਰਾ ਵਾਤਾਵਰਣ ਦੇ ਅੰਦਰ ਉਹ ਕਨਸੈਂਟਰੇਟਡ ਹੋਣ ਲੱਗ ਜਾਂਦਾ ਮਤਲਬ ਜਿਹੜਾ ਹਾਂ ਉੱਡਣਾ ਹੁੰਦਾ ਉਹਨੇ ਤਾਂ ਨੂੰ ਉਸਪ੍ਰੈਸ ਹੋ ਕੇ ਜ਼ਮੀਨ ਦੇ ਲੈਵਲ ਤੱਕ ਰਹਿ ਜਾਂਦਾ ਜਿਹਦੇ ਕਰਕੇ ਕੀ ਹੁੰਦਾ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਧੂਏ ਤੋਂ ਜਾਂ ਡਸਟ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਜਿਹੜੀ ਅਲਰਜੀ ਉਹ ਵਦਨ ਦੇ ਚਾਂਸ ਹੋ ਜਾਂਦੇ ਨੇ ਤੇ ਦੂਸਰੀ ਗੱਲ ਆ ਜਾਂਦੀ ਏ ਕਿ ਜਿਹੜੇ ਆਪਾਂ ਠੰਡਾ ਪਾਣੀ ਜਾਂ ਕੁਝ ਹੋਰ ਠੰਡੀ ਆਈਟਮਾਂ ਫ੍ਰਿਜ ਦੀਆਂ ਆਈਟਮਾਂ ਵਗੈਰਾ ਅਸੀਂ ਯੂਜ਼ ਕਰਦੇ ਆ ਉਹਨਾਂ ਦੇ ਕਰਕੇ ਵੀ ਜਾਂ ਬੇਹ ਖਾਣੇ ਖਾਣ ਕਰਕੇ ਵੀ ਯਾ ਤਲਿਆ ਖੱਟਾ ਜ਼ਿਆਦਾ ਖਾਣ ਕਰਕੇ ਵੀ ਇਹ ਜਿਹੜੀ ਸਮੱਸਿਆ ਖਾਂਸੀ, ਦਮਾ, ਜ਼ੁਖਾਮ ਇਹਨਾਂ ਦੀ ਨਜਲੇ ਨੁਜਲੇ ਦੀ ਆਉਣੀ ਸਟਾਰਟ ਹੋ ਜਾਂਦੀ ਹੈ। ਕਨਸੈਂਟ੍ਰੇਸ਼ਨ ਜਿਹੜੀ ਮੌਸਮ ਦੇ ਵਿੱਚ ਹੁੰਦੀ ਹੈ ਧੂਏਂ-ਧੋਵੇਂ ਦੀ ਉਹ ਵੀ ਸਾਡੇ ਜਿਹੜੇ ਇਹਨਾਂ ਨੱਕ ਦੇ ਪੋਲਿਪਸ ਜਾ ਕੇ ਜੰਮਦੀ ਹੈ। ਜੀ। ਉਹ ਫਿਰ ਜਿਹੜੀ ਆਕਸੀਜਨ ਹੈ ਉਹ ਵਧੀਆ ਤਰੀਕੇ ਨਾਲ ਸਾਡੇ ਅੰਦਰ ਨਹੀਂ ਜਾਂਦੀ ਤੇ ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹ ਬਾਹਰ ਨਿਕਲਣ ਵੇਲੇ ਵੀ ਥੋੜੀ ਤਕਲੀਫ ਨਾਲ ਨਿਕਲਦੀ ਹੈ ਤੇ ਨਸਾਂ ਦੇ ਅੰਦਰ ਸਾਡੀਆਂ ਜਿਹੜੀਆਂ ਆਪਕ ਦਿਖਾ ਸਕਦੇ ਆ ਦੇਖੋ ਇਹ ਦਿਖਾਇਆ ਗਿਆ ਇਹ ਛਾਤ ਫੇਫੜਿਆਂ ਦਾ ਇਹ ਡਾਇਗਰਾਮ ਬਣਾਇਆ ਹੋਇਆ ਇਹ ਦੋ ਨਲਕੀਆਂ ਦਿਖਾਈਆਂ ਗਈਆਂ ਨੇ ਇੱਧਰ ਜਿਹੜੀਆਂ ਹੁੰਦੀਆਂ ਨੇ ਵੱਡੀਆਂ ਇਹ ਬਿਲਕੁਲ ਕਲੀਨ ਹੈ ਠੀਕ ਹੈ ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ ਖਾਣਾ ਵਧੀਆ ਖਾਂਦੇ ਹੋ ਤੇ ਇਸ ਤਰ੍ਹਾਂ ਕਲੀਨ ਰਹਿੰਦੀ ਹੈ ਗਲਤ ਚੀਜ਼ਾਂ ਤੁਸੀਂ ਨਹੀਂ ਯੂਜ਼ ਕਰਦੇ ਤੇ ਜਦੋਂ ਇਹ ਕੀ ਹੁੰਦਾ ਹੈ ਕਿ ਇਹ ਫੇਫੜਿਆਂ ਦੇ ਅੰਦਰ ਜਦੋਂ ਗਲਤ ਚੀਜ਼ਾਂ ਭਰ ਜਾਂਦੀਆਂ ਨੇ ਠੰਡੀਆਂ ਤੇ ਇਹਦੇ ਨਾਲ ਇਹ ਸਿਕੜਨੀਆਂ ਸਟਾਰਟ ਹੋ ਜਾਂਦੀਆਂ ਨੇ ਜਿਵੇਂ ਆ ਕਫ ਬਲਗਮ ਵਗੈਰਾ ਕਿੰਨੀ ਸਾਰੀ ਦਿਖ ਰਹੀ ਹੈ ਤੁਹਾਨੂੰ ਤੁਸੀਂ ਇਹ ਦੇਖ ਸਕਦੇ ਹੋ ਇਹ ਨਲ ਜੰਮੀ ਹੋਈ ਹੈ ਹਾਂ ਇਹ ਨਲਕੀ ਹੋਗੀ ਇੰਨੀ ਛੋਟੀ ਇਹ ਹੈਗੀ ਹੈ ਖੁੱਲੀ ਹੁਣ ਜਦੋਂ ਇੰਨੀ ਨਲਕੀ ਛੋਟੀ ਹੋਏਗੀ ਤਾਂ ਸਾਹ ਸਾਡੇ ਅੰਦਰ ਕਿੰਨਾ ਖ ਜਾ ਪਾਏਗਾ ਨਹੀਂ ਜਾਏਗਾ ਸਾਹ ਚੜੇਗਾ ਤਮਕ श्वास ਕਾਰਡਿਕ ਅਸਥਮਾ ਜ ਨੂੰ ਆਪਾਂ ਕਹਿੰਦੇ ਆ ਜਾਂ ਫਿਰ ਜਿਹੜੀ ਖਾਂਸੀ ਹੈ ਉਹ ਪੈਦਾ ਹੋਏਗੀ ਕਿਉਂਕਿ ਉਹਨੇ ਅੰਦਰ ਆਕਸੀਜਨ ਨੂੰ ਜਿਆਦਾ ਚਾਹੀਦੀ ਪਰ ਮਿਲ ਮਿਲ ਪੂਰੀ ਰਹੀ ਨਹੀਂ ਤਾਂ ਫੇਫੜੇ ਆਪਣੀ ਆਕਸੀਜਨ ਪੂਰੀ ਖਿੱਚਣ ਦੇ ਚੱਕਰ ਚ ਇਸ ਨਲਕੀ ਨੂੰ ਸਾਫ਼ ਕਰਨ ਵਾਸਤੇ ਬੈਕ ਪ੍ਰੈਸ਼ਰ ਮਾਰਨਗੇ ਬੈਕ ਪ੍ਰੈਸ਼ਰ ਮਾਰਨਗੇ ਤਾਂ ਕਿ ਇਹ ਜਿਹੜੀ ਅੰਦਰ ਬਲਗਮ ਜਾਂ ਖਾਂਸੀ ਉਹ ਫਸੀ ਹੋਈ ਹੈ ਉਹ ਬਾਹਰ ਨਿਕਲੇ ਜਿਹਦੇ ਕਰਕੇ ਸਾਡੇ ਗਲੇ ਦੇ ਵਿੱਚ ਕੁਦਰਤ ਨੇ ਇੱਕ ਸਿਸਟਮ ਲਾਇਆ ਗਲੇ ਦੇ ਵਿੱਚ ਸਾਡੇ ਇਰੀਟੇਸ਼ਨ ਹੋਏਗੀ ਸੂਈਆਂ ਜੀਆਂ ਚੁੱਬਣਗੀਆਂ ਜਾਂ ਫਿਰ ਇਸ ਤਰ੍ਹਾਂ ਕਰਕੇ ਆਵਾਜ਼ ਆਏਗੀ ਜੀ ਜੀ ਹਾਂਜੀ ਸਰਦ ਕਈ ਦਾ ਸਾਰਾ ਦਿਨੀ ਇਸਤਰੀ ਹੁੰਦ ਰਹੇ ਨੇ ਜੀ ਹਾਂ ਉਹਦੇ ਤੇ ਕੰਮ ਕਰੇਗਾ ਨੁਸਖਾ ਬਿਲਕੁਲ 100% ਉਹਦੇ ਤੇ ਤਾਂ ਮਿੰਟ ਚਾਰ ਨਹੀਂ ਲੋਂਦਾ ਇਹ ਅੱਛਾ ਅੰਦਰ ਤਿੱਖੂਚ ਅੜਾ ਕੰਮ ਹੁੰਦਾ ਉਹਦੇ ਨਾਲ ਠੀਕ ਹੈ ਹੁਣ ਇਹ ਜਦੋਂ ਆਕਸੀਜਨ ਇੰਨੀ ਕ ਅੰਦਰ ਜਾ ਰਹੀ ਹੈ ਉਹ ਬੈਕ ਪ੍ਰੈਸ਼ਰ ਕਰੇਗੀ ਬੈਕ ਪ੍ਰੈਸ਼ਰ ਹੋਣ ਦੇ ਨਾਲ ਸਾਨੂੰ ਖੰਸੀ ਉੱਠਣੀ ਹੀ ਉੱਠਣੀ ਹੈ ਉਹ ਖੰਸੀ ਉੱਠਦੀ ਹੈ ਤਾਂ ਸਾਡੇ ਕੁਝ ਵੀ ਜੋ ਵੀ ਬਲਗਮ ਫਸੀ ਹੈ ਉਹ ਬਾਹਰ ਆ ਗਈ ਹਾਂ ਥੋੜੀ ਦੇਰ ਲਈ ਫਿਰ ਸਾਹ ਸੌਖਾ ਹੋ ਗਿਆ ਤੇ ਜਦੋਂ ਉਹ ਬਲਗਮ ਫਿਰ ਥੋੜੀ ਦੇਰ ਬਾਅਦ ਜੰਮ ਗਈ ਉਹ ਫਿਰ ਉਹੀ ਕੰਡੀਸ਼ਨ ਆਉਣੀ ਸਟਾਰਟ ਹੋ ਜਾਂਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਹੁੰਦੀ ਖੰਸੀ ਹੈ ਖੰਸੀ ਤੋਂ ਬਾਅਦ ਕਹਿੰਦੇ ਸਾਡਾ ਸਿਰ ਦੁਖਣ ਲੱਗ ਗਿਆ ਹੁੰਦਾ ਸਿਰਦਰਦ ਹੈ ਉਸ ਤੋਂ ਬਾਅਦ ਕਹਿੰਦੇ ਨੇ ਸਾਨੂੰ ਮਾਈਗਰੇਨ ਹੋ ਗਿਆ ਹੁੰਦਾ ਮਾਈਗਰੇਨ ਹੈ ਉਸ ਤੋਂ ਬਾਅਦ ਕਹਿੰਦੇ ਨੇ ਸਾਨੂੰ ਨੀਂਦ ਉਹਨੋਂ ਹਟ ਗਈ ਇਹ ਸਾਰੀਆਂ ਚੀਜ਼ਾਂ ਮੌਸਮ ਨਾਲ ਹੀ ਸਬੰਧਤ ਨੇ ਮੌਸਮ ਨਾਲ ਹੀ ਜੁੜੀਆਂ ਹੋਈਆਂ ਨੇ ਇਹ ਮੌਸਮ ਨਾਲ ਤਾਂ ਦੇਖੋ ਹਮੇਸ਼ਾ ਹੀ ਇਹ ਜੁੜੀਆਂ ਰਹਿਣਗੀਆਂ ਜਦੋਂ ਮੌਸਮ ਬਦਲੇਗਾ ਤੁਹਾਨੂੰ ਕੁਝ ਨਾ ਕੁਝ ਦਿੱਕਤ ਆਉਣੀ ਆਉਣੀ ਹੈ ਪਰ ਉਸ ਤੋਂ ਬਾਅਦ ਸਾਡੇ ਖਾਣੇ ਅਗਰ ਤੁਸੀਂ ਮੌਸਮ ਵਧੀਆ ਖਾਣਾ ਤੁਸੀਂ ਗਲਤ ਖਾ ਰਹੇ ਹੋ ਤਦ ਵੀ ਤੁਹਾਨੂੰ ਪ੍ਰੋਬਲਮ ਹੋ ਜਾਏਗੀ ਠੀਕ ਹੈ ਡਸਟ ਦੇ ਵਿੱਚ ਬਹੁਤ ਜ਼ਿਆਦਾ ਜਾ ਰਹੇ ਹੋ ਝੋਨੇ ਜਾਂ ਕਣਕ ਦੀ ਜਦੋਂ ਨਾੜ ਜਿਹੜਾ ਹੈਗਾ ਉਹ ਉਹਦੇ ਵਿੱਚੋਂ ਜਿਹੜੀ ਨਿਕਲਣ ਵਾਲੀ ਡਸਟ ਹੈ ਉਦੋਂ ਹੋ ਜੇਗੀ ਠੀਕ ਹੈ ਇਹ ਇਹਦੇ ਕਾਰਨ ਤਾਂ ਬਹੁਤ ਸਾਰੇ ਨੇ ਇੱਕ ਸਿਮਲ ਕਾਟਨ ਹੈ ਜਿਹੜੀ ਕਿ ਸਹਰਾਣੇ ਜਾਂ ਆਪਣੇ ਜੜੀਆਂ ਰੈਡੀਮੇਡ ਰਜਾਈਆਂ ਆਪਾਂ ਲੈ ਕੇ ਆਉਨੇ ਆ ਉਹਨਾਂ ਦੇ ਵਿੱਚ ਵੀ ਇਹੋ ਜਿਹੀ ਡਸਟ ਦੇ ਕਣ ਹੁੰਦੇ ਆ ਜਿਹੜੇ ਕਿ ਸਾਡੇ ਅੰਦਰ ਜਾਣਗੇ ਸਾਨੂੰ ਅਲਰਜੀ ਹੋ ਜੇਗੀ ਅਲਰਜੀ ਦੇ ਨਾਲ ਫਿਰ ਕੀ ਆ ਅੱਖਾਂ 'ਚ ਪਾਣੀ ਹੋ ਗਿਆ ਸਿਰ ਦੁਖਣਾ ਹੋ ਗਿਆ ਸਿਰ ਦੁਖ ਦਾ ਦੁਖ ਦਾ ਜਦੋਂ ਜ਼ਿਆਦਾ ਹੋ ਜਾਂਦਾ ਫਿਰ ਹੌਲੀ-ਹੌਲੀ ਉਹ ਮਾਈਗਰੇਨ ਦਾ ਰੂਪ ਲੈ ਜਾਂਦਾ ਮਾਈਗ੍ਰੇਨ ਦੇ ਵਿੱਚ ਫਿਰ ਉਸ ਤੋਂ ਬਾਅਦ ਬੁਖਾਰ ਚੜਨ ਦੀ ਟੈਂਡੈਂਸੀ ਹੋਗੀ ਜਦੋਂ ਇਨਫੈਕਸ਼ਨ ਬਣ ਗਈ ਫੇਫੜੇ 'ਚ ਇਨਫੈਕਸ਼ਨ ਬਣ ਗਈ ਤਾਂ ਫਿਰ ਦੇਖੋ ਉਹ ਬਲਗਮ ਦੇ ਕਰਕੇ ਜਿਹੜਾ ਕਫ ਦੇ ਕਰਕੇ ਜਿਹੜਾ ਉਹ ਬੁਖਾਰ ਵੀ ਚੜਨਾ ਸਟਾਰਟ ਹੋ ਗਿਆ ਫਿਰ ਉਹ ਸ਼ਾਮ ਨੂੰ ਲੋਕਾਂ ਦਾ ਜਿਹੜਾ ਟੈਂਪਰੇਚਰ ਵਧਿਆ ਰਹਿੰਦਾ ਹੈ 4-5 ਵਜੇ ਤੋਂ ਬਾਅਦ 7-8 ਵਜੇ ਤੱਕ ਇੱਕ ਬਹੁਤ ਸਾਰੇ ਲੋਕਾਂ ਦਾ ਕਿ ਸ਼ਾਮ ਨੂੰ ਉਹਨਾਂ ਨੂੰ ਬੁਖਾਰ ਚੜਨਾ ਹੀ ਚੜਨਾ ਹੈ ਇਹ ਸਾਰਾ ਦਾ ਸਾਰਾ ਲੱਛਣ ਜਿਹੜੇ ਨੇ ਉਹ ਏਸੀ ਇਨਫੈਕਸ਼ਨ ਦੇ ਨੇ ਉਸ ਤੋਂ ਬਾਅਦ ਅਗਰ ਇਹਨੂੰ ਨਹੀਂ ਸੰਭਾਲਦੇ ਤਾਂ ਫਿਰ ਅੱਗੇ ਦੀ ਜਿਹੜੀ ਕੰਡੀਸ਼ਨ ਆਉਂਦੀ ਹੈ ਉਹ ਟੀਵੀ ਦੀ ਹੋ ਜਾਂਦੀ ਹੈ ਮੇਰਾ ਸਵਾਲ ਵੀ ਇਹੀ ਸੀ ਜੀ ਡਾਕਟਰ ਸਾਹਿਬ ਕਿ ਚਲੋ ਇਹ ਤਾਂ ਹੋ ਗਿਆ ਤੁਸੀਂ ਨਾਰਮਲ ਖਾਂਸੀ ਦੀ ਗੱਲ ਕਰਦੇ ਹੋ ਬਹੁਤ ਵਾਰ ਹੁੰਦਾ ਬੰਦਾ ਇੰਨਾ ਖਾਂਸਦਾ ਇੰਨਾ ਖਾਂਸਦਾ ਕਿ ਉਹਨੂੰ ਸਾਹ ਚੜ ਜਾਂਦਾ ਹੈ ਔਰ ਬਹੁਤ ਵਾਰ ਇੰਨਾ ਜ਼ਿਆਦਾ ਖਾਂਸਦੇ ਕਿ ਉਹਦੇ ਮਤਲਬ ਖਾਂਸੀ ਦੇ ਵਿੱਚੋਂ ਬਲਗਮ ਦੇ ਵਿੱਚੋਂ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਖੂਨ ਆ ਜਾਂਦਾ ਔਰ ਬਹੁਤ ਵਾਰ ਹੁੰਦਾ ਕਿ ਖਾਂਸਦਾ ਤਾਂ ਉਹਦੇ ਦਰਦ ਬੜਾ ਹੁੰਦਾ ਛਾਤੀ 'ਚ ਜੀ ਇਹ ਸਾਰਿਆਂ ਦਾ ਹੱਲ ਕਰੂਗਾ ਨੁਸਖਾ ਬਿਲਕੁਲ ਜੀ ਇਹਦੇ ਚ ਦੇਖੋ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਦਿੱਤੀਆਂ ਗਈਆਂ ਨੇ ਛੋਟੀ ਇਲਾਈਚੀ ਹੈ ਜਿਹੜੀ ਉਹਦੀ ਤਸਵੀਰ ਬਹੁਤ ਵਧੀਆ ਹਰ ਮਤਲਬ ਜਿਹੜਾ ਤੁਹਾਡਾ ਬ੍ਰੌਂਕੋ ਡਾਇਲੇਟਰ ਇਹਨੂੰ ਕਹਿ ਸਕਦੇ ਆ ਉਸ ਤੋਂ ਬਾਅਦ ਜਿਹੜੀ ਪਿਪਲ ਹੀ ਆ ਗਈ ਆਪਾਂ ਇੱਥੇ ਪੂਰੀ ਵਧੀਆ ਹਾਂ ਇਹਨੂੰ ਮਗਾ ਜੜੀਆਂ ਨੇ ਇਹ ਜਿਹੜੀ ਇਹ ਵੀ ਬ੍ਰੌਂਕੋ ਡਾਇਲੇਟਰ ਹੈ ਉਹਨੂੰ ਪਤਲਾ ਕਰਦੀ ਹੈ ਪਤਲਾ ਕਰਕੇ ਸਾਨੂੰ ਖਾਂਸੀ ਜਿਹੜੀ ਬਹੁਤ ਜ਼ਿਆਦਾ ਖੰਘ ਕੇ ਜਿਹੜੀ ਸਾਨੂੰ ਬਲਗਮ ਸਾਡੀ ਨਿਕਲਣੀ ਹੈ ਉਹ ਮੜਾ ਜਿਹੀ ਖਾਂਸੀ ਆਏਗੀ ਤਾਂ ਬਲਗਮ ਤੁਹਾਡੀ ਬਾਹਰ ਆ ਜਾਏਗੀ ਇਹ ਇੰਨੀ ਵਧੀਆ ਚੀਜ਼ ਹੈ ਤੇ ਜਿਹੜੀ ਮਿਸ਼ਰੀ ਹੈ ਮਿਸ਼ਰੀ ਦਾ ਗੁਣ ਕੀ ਹੈ ਮਿਸ਼ਰੀ ਦਾ ਗੁਣ ਥੋੜਾ ਠੰਡਕ ਵਾਲਾ ਹੈ ਤਾਂ ਕਿ ਇਹਨਾਂ ਦੀ ਜਿਹੜੀ ਸਾਰੀ ਗਰਮੀ ਹੈ ਉਹ ਚੂਸ ਲਈ ਜਾਂਦੀ ਹੈ ਮਿਸ਼ਰੀ ਵੱਲੋਂ ਤੇ ਉਹ ਇੱਕ ਕੰਬੀਨੇਸ਼ਨ ਇੰਨਾ ਵਧੀਆ ਇਹ ਜਿਹੜੀ ਹੈਗੀ ਨਾ ਆਪਣੇ ਸੁਸ਼ੋ ਸੇਂਤਾ ਲਾਲੋ ਚਰਕ ਸੇਂਤਾ ਲਾਲੋ ਪੈਸ਼ਾ ਜੈ ਰਤਨਾਵਲੀ ਲਾਲੋ ਪਰਾਤਨ ਜਿਹੜੇ ਗ੍ਰੰਥ ਨੇ ਉਹਨਾਂ ਸ਼ਾਰੰਗਦਰ ਸੇਂਤਾ ਲਾਲੋ ਇਹਨਾਂ ਸਾਰਿਆਂ ਦੇ ਵਿੱਚ ਥੋੜਾ ਥੋੜਾ ਘਟਕ ਵੱਧ ਘਟ ਕਰਕੇ ਇਹਨੂੰ ਬਣਾਇਆ ਉਹਨਾਂ ਸਾਰਿਆਂ ਨੇ ਹੀ ਦੱਸਿਆ ਹੋਇਆ ਤੇ ਬਹੁਤ ਸ਼ਾਨਦਾਰ ਚੀਜ਼ ਹੈ ਜੀਜੀ ਅੱਛਾ ਤੇ ਫਿਰ ਇੱਕ ਹੋਰ ਡਾਕਟਰ ਸਾਹਿਬ ਇਹ ਸਾਰੇ ਜਿਵੇਂ ਮੈਂ ਹੁਣ ਮਗਾ ਮੂਹ ਦੇ ਮੂਹ ਦੇ ਵਿੱਚ ਪਾਈ ਹੈਗੀ ਐ ਜੇ ਨਾਰਮਲ ਆਪਣੇ ਕੋਲ ਰੱਖਿਆ ਜਾਣ ਇਹ ਮਗਾ ਇੰਨੀ ਜ਼ਬਰਦਸਤ ਚੀਜ਼ ਹੈਗੀ ਤੁਸੀਂ ਦੱਸਿਆ ਸੀ ਕਿ ਅਗਰ ਤੁਹਾਨੂੰ ਕਿਤੇ ਅਚਾਨਕ ਖਾਂਸੀ ਆ ਗਈ ਥੋੜੀ ਜੀ ਮਗ ਚੂਸ ਲੋ ਇਹ ਮੂਹ ਦੇ ਉੱਤੇ ਰੱਖ ਲੋ ਇਹ ਕੰਮ ਕਰੇਗੀ ਬਿਲਕੁਲ ਮਗ ਦਾ ਕੰਮ ਹੈ ਛੇਦਨ ਭੇਦਨ ਕਰਨਾ ਇਹ ਜਿਹੜੀ ਸਾਡੇ ਜ਼ੁਬਾਨ ਤੇ ਆ ਸਾਡੇ ਗਲੇ ਦੇ ਵਿੱਚ ਜਾ ਕੇ ਇੱਕ ਲੜਦੀ ਜੀ ਹੈ ਹਾਂਜੀ ਮਤਲਬ ਕੀ ਕਰ ਰਹੀ ਹੈ ਉਹ ਪਾਟ ਤੋੜ ਰਹੀ ਹੈ ਉਹਨੂੰ ਠੀਕ ਹੈ ਜਿਸ ਤਰ੍ਹਾਂ ਆਪਾਂ ਕੱਪੜਾ ਉਦੇੜਨਾ ਹੁੰਦਾ ਹੈ ਕੱਪੜੇ ਦੇ ਵਿੱਚੋਂ ਆਪਾਂ ਕੋ ਕੁਝ ਵੀ ਚੀਜ਼ ਉਦੇੜਦੇ ਆਂ ਆਪਾਂ ਸੂਈ ਨਾਲ ਥੋੜਾ ਥੋੜਾ ਇੰਜੰਜ ਕਰਦੇ ਆਂ ਉਹ ਪੱਟ ਰਹੀ ਹੈ ਨਾ ਇਸੇ ਤਰ੍ਹਾਂ ਹੀ ਇਹ ਬਲਗਮ ਨੂੰ ਪੱਟ ਰਹੀ ਹੁੰਦੀ ਹੈ ਠੀਕ ਹੈ ਇਹ ਵੀ ਇਸ ਇਹੀ ਕੰਮ ਕਰਦੀ ਹੈ ਉਸ ਤੋਂ ਬਾਅਦ ਛੋਟੀ ਇਲਾਈਚੀ ਹੈ ਉਹਦਾ ਕੰਮ ਵੀ ਇਹੀ ਹੈ ਤੇ ਦਾਲਚੀਨੀ ਦਾ ਵੈਸੇ ਹੀ ਜਗਤ ਪ੍ਰਸਿੱਧ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਪਤਾ ਹੈ ਕਿ ਦਾਲਚੀਨੀ ਚੂਸਣ ਦੇ ਨਾਲ ਜਿਹੜੀ ਖਾਂਸੀ ਬਲਗਮ ਜ਼ੁਖਾਮ ਤੇ ਇਹਨਾਂ ਚੀਜ਼ਾਂ ਸਾਰੀਆਂ 'ਚ ਆਰਾਮ ਆਉਂਦਾ ਤੇ ਤੁਸੀਂ ਵੰਸ਼ ਲੋਚਨ ਵੀ ਰੱਖਿਆ ਹੋਇਆ ਡਾਕਟਰ ਸਾਹਿਬ ਵੰਸ਼ ਲੋਚਨ ਬੜੀ ਇੰਪੋਰਟੈਂਟ ਚੀਜ਼ ਹੈ ਜਿਹੇ ਸਾਰੇ ਨੁਸਖੇ ਜੋ ਤੁਸੀਂ ਕਹਿ ਰਹੇ ਸੀ ਵੰਸ਼ ਲੋਚਨ ਦੁਨੀਆ ਦਾ ਦੀ ਬੈਸਟ ਕੈਲਸ਼ੀਅਮ ਕਿਹਾ ਜਾਂਦਾ ਹੈ ਇਹ ਕਿੱਥੋਂ ਆਉਂਦਾ ਕਿੱਥੋਂ ਇਹ ਬਾਸ ਹੁੰਦੇ ਆ ਤੁਸੀਂ ਦੇਖੇ ਹੋਣੇ ਆ ਬਾਸ ਦੀ ਫਸਲ ਜਿਹੜੀ ਹੈ ਉਹ ਲੋਕ ਜਦੋਂ ਵੜਦੇ ਆ ਉਹਦੇ ਚ ਦੋ ਤਰ੍ਹਾਂ ਦੇ ਵਾਂਸ ਹੈ ਮੇਲ ਔਰ ਫੀਮੇਲ ਹਰ ਦੁਨੀਆ ਦੇ ਵਿੱਚ ਹਰ ਪ੍ਰਜਾਤੀ ਚ ਆਇਆ ਜਾਂਦਾ ਠੀਕ ਹੈ ਜਿਹੜਾ ਫੀਮੇਲ ਵਾਂਸ ਹੈ ਉਹਦੀ ਜਿਹੜੀ ਪੋਰ ਹੁੰਦੀ ਹੈ ਨਾ ਹਾਂਜੀ ਠੀਕ ਹੈ ਉਹਦੇ ਜੋੜ ਹੁੰਦੇ ਆ ਜੋੜ ਦੇ ਵਿੱਚ ਇਹ ਇੱਕ ਲਿਕਵਿਡ ਤੈਰਦਾ ਹਮੇਸ਼ਾ ਤੇ ਜਦੋਂ ਉਹ ਫਸਲ ਪੱਕ ਜਾਂਦੀ ਹੈ ਤਾਂ ਉਹ ਜਿਹੜਾ ਪਾਣੀ ਹੈ ਉਹ ਵੀ ਸੁੱਕਣਾ ਸਟਾਰਟ ਹੋ ਜਾਂਦਾ ਜਿਹਦੀ ਇਹ ਜੈਲ ਸਿਲਿਕਾ ਟਾਈਪ ਦੀ ਬਣ ਜਾਂਦੀ ਹੈ ਉਸ ਨੂੰ ਵਾਂਸ ਲੋਚਨ ਕਿਹਾ ਜਾਂਦਾ ਹੈ ਇਹ ਦੁਨੀਆ ਦਾ ਸਭ ਤੋਂ ਉੱਤਮ ਕੈਲਸ਼ੀਅਮ ਹੈ ਹੁਣ ਤੁਸੀਂ ਦੇਖਿਆ ਬੈਂਬੂ ਹਾਂਜੀ ਹਨਾ ਬਾਂਸ ਕਦੇ ਟੁੱਟਦਾ ਨਹੀਂਗਾ ਜਲਦੀ ਕਰਕੇ ਤੋੜ ਨਹੀਂ ਸਕਦੇ ਤੁਸੀਂ ਉਹਨੂੰ ਤੇ ਇਹਦਾ ਮਤਲਬ ਹੱਡੀਆਂ ਨੂੰ ਵੀ ਇੰਨਾ ਮਜ਼ਬੂਤ ਕਰਦਾ ਹੈ ਕਿ ਤੋੜ ਨਹੀਂ ਸਕਦੇ ਵਿਟਾਮਿਨ ਡੀ ਦੀ ਘਾਟ ਹੈ ਤੁਹਾਡੀ ਇਹ ਪੂਰੀ ਕਰਦਾ ਜੇ ਉਹ ਪੂਰੀ ਤੁਹਾਡੀ ਰਹੇਗੀ ਤੁਹਾਡੀਆਂ ਹੱਡੀਆਂ ਕਮਜ਼ੋਰ ਹੋਣਗੀਆਂ ਨਹੀਂ ਤੁਹਾਡੇ ਛਾਤੀ ਦੀਆਂ ਜਿਹੜੀਆਂ ਰਿਬਸ ਨੇ ਇਹ ਵੀਕ ਹੋਣਗੀਆਂ ਹੀ ਨਹੀਂ ਜਦੋਂ ਇਹ ਵੀਕ ਨਹੀਂ ਹੋਣਗੀਆਂ ਤਾਂ ਤੁਹਾਡੇ ਸਾਹ ਲੈਣ ਦੀ ਕੈਪੈਸਿਟੀ ਬਹੁਤ ਵਧੀਆ ਰਹੇਗੀ ਜੇ ਉਹ ਕੈਪੈਸਿਟੀ ਚੰਗੀ ਹੈ ਤਾਂ ਤੁਹਾਨੂੰ ਸਾਹ ਚੜੇਗਾ ਹੀ ਨਹੀਂ ਅੱਛਾ ਡਾਕਟਰ ਸਭ ਇੱਕ ਹੋਰ بڑا ਮਾਮਲਾ ਹੁੰਦਾ ਹੈ ਇਸ ਤਰ੍ਹਾਂ ਦੇ ਮੌਸਮ 'ਚ ਕੰਬਲ ਅਸੀਂ ਲੈ ਲੈਨੇ ਰਾਤ ਨੂੰ ਪੱਖਾ ਅਸੀਂ ਲੈਨੇ ਛੱਡ। ਅਸੀਂ ਕਹਿੰਦੇ ਵੀ ਠੰਡ ਵੀ ਲੱਗਦੀ ਐ ਤੇ ਸਾਡੇ ਪੈਰ ਵੀ ਬਾਹਰ। ਉਹ ਕਹਿੰਦੇ ਵੀ ਪੈਰਾਂ 'ਚੋਂ ਸੇਕ ਬੜਾ ਨਿਕਲਦਾ। ਉਹ ਫਿਰ ਉਹ ਕੀ ਹੁੰਦਾ ਜੀ ਮਨੋਸ ਜੀ ਤੁਸੀਂ ਥੋੜਾ ਜਿਹਾ ਸਮਝਾਓਗੇ ਉਹਨੂੰ ਕਿਵੇਂ ਅਸੀਂ ਹੱਲ ਕਰ ਸਕਦੇ ਆਂ। ਪੱਖਾ ਛੱਡ ਕੇ ਕੰਬਲ ਲੈਣਾ ਤੇ ਫਿਰ ਪੈਰ ਬਾਹਰ ਕੱਢ ਲੈਣਾ। ਹਾਂ ਅਸਲ 'ਚ ਕੀ ਐ ਕਿ ਉਦੋਂ ਹਾਲੇ ਸਾਡਾ ਸਰੀਰ ਨਾ ਥੋੜਾ ਗਰਮੀ ਨੂੰ ਸਹਿ ਕੇ ਆਇਆ ਹੁੰਦਾ ਤੇ ਠੰਡ ਆ ਰਹੀ ਹੁੰਦੀ ਐ। ਉਹ ਆਦਤ ਜਿਹੜੀ ਐ ਉਹ ਬਦਲਣ ਵੇਲੇ ਵੀ ਤਾਂ ਟਾਈਮ ਲੱਗਦਾ ਨਾ। ਉਹ ਉਸ ਕਰਕੇ ਕੀ ਹੁੰਦਾ ਵੀ ਜਿਹੜੀ ਫਿਰ ਤੁਸੀਂ ਖਾਣਾ ਖਾ ਰਹੇ ਹੋ ਉਹ ਦੀ ਜਿਹੜੀ ਬਦਲਾਅ ਆਪਾਂ ਕਰਦੇ ਨਹੀਂਗੇ ਤਾਂ ਗਰਮੀ ਸਾਡੇ ਅੰਦਰ ਜ਼ਿਆਦਾ ਵਧਣ ਲੱਗਦੀ ਹੈ ਲੱਗਦੀ ਹੈ ਮੌਸਮ 'ਚ ਠੰਡ ਹੁੰਦੀ ਹੈ ਤੇ ਉਹ ਜਿਹੜੀ ਤਲੀਆਂ 'ਚੋਂ ਪੈਰਾਂ 'ਚੋਂ ਸੇਕ ਜਦੋਂ ਨਿਕਲਦਾ ਤਾਂ ਉਹਦੇ ਲਈ ਵੀ ਤੁਸੀਂ ਇਹ ਇਹ ਜਿਹੜਾ ਚੂਰਨ ਹੈਗਾ ਇਹ ਜਿਹੜਾ ਆਪਾਂ ਬਣਾ ਕੇ ਰੱਖਿਆ ਪਿਆ ਇਹਦਾ ਯੂਜ਼ ਜਿਹੜਾ ਹੈ ਉਹ ਤੁਸੀਂ ਸ਼ਹਿਦ ਦੇ ਨਾਲ ਅਗਰ ਕਰਦੇ ਹੋ ਤਾਂ ਥੜੇ ਤਲੀਆਂ 'ਚੋਂ ਹੱਥਾਂ ਪੈਰਾਂ 'ਚੋਂ ਜਿਹੜਾ ਸੇਕ ਹੈ ਉਹ ਨਿਕ ਨਿਕਲਣਾ ਉਹ ਘਟ ਜਾਂਦਾ ਹੌਲੀ ਹੌਲੀ ਬੰਦ ਹੋ ਜਾਂਦਾ ਗਰਮੀ ਦੀ ਵਜ੍ਹਾ ਕਰਕੇ ਜਿਹੜਾ ਹੋਇਆ ਹੁੰਦਾ ਅੱਛਾ ਤੇ ਡਾਕਟਰ ਸਾਹਿਬ ਫਿਰ ਇਹ ਤੁਸੀਂ ਇੱਕ ਨੁਸਖਾ ਬਣਾਇਆ ਵੀ ਸੀ ਪਿਛਲੀ ਵਾਰ ਤੁਸੀਂ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਖੋਇਆ ਸੀ ਇਹ ਉਹੀ ਨੁਸਖਾ ਫਾਰਮੂਲਾ ਤੁਸੀਂ ਰੱਖਿਆ ਹੋਇਆ ਹਾਂ ਬਿਲਕੁਲ ਇਹ ਜਿਹੜਾ ਫਾਰਮੂਲਾ ਤੁਸੀਂ ਹੈਗਾ ਤੁਸੀਂ ਦੇਖ ਰਹੇ ਹੋ ਇਹ ਉਸੇ ਦਾ ਹੀ ਰੂਪ ਹੈ ਬਣ ਕੇ ਤਿਆਰ ਹੋਇਆ ਹੋਇਆ ਹੁਣ ਇਹ ਇਸ ਫਾਰਮੂਲੇ ਦਾ ਅਸੀਂ ਜਦੋਂ ਯੂਜ਼ ਕੀਤਾ ਤਾਂ ਲੋਕਾਂ ਦਾ ਸਾਈਨਸ ਜਿਹੜਾ ਬਾਲਿਪਸ ਜਮ ਜੰਦੇ ਨੇ ਸਾਈਨਸ ਉਹ ਕੀ ਹੁੰਦਾ ਜੀ ਸਾਈਨਸ ਜਿਹੜਾ ਆਪਾਂ ਨਜਲਾ ਕਿੰਨੇ ਪੁਰਾਣਾ ਨਜਲਾ ਹੋ ਗਿਆ ਬਹੁਤ ਪੁਰਾਣਾ ਨਜਲਾ ਹੋ ਗਿਆ ਉਹਦੇ ਚ ਹੁੰਦਾ ਕੀ ਹੈ ਤੁਸੀਂ ਇਹ ਦੂਸਰਾ ਡਾਇਗਰਾਮ ਦੇਖੋ ਇਹਨੂੰ ਸਾਈਨਸਾਈਟਿਸ ਲਿਖਿਆ ਹੋਇਆ ਹੈ ਇਹ ਸਾਡੇ ਮੱਥੇ ਦੇ ਅੰਦਰ ਜਦੋਂ ਆਪਾਂ ਆਪਾਂ ਇਹ ਕਹਿੰਦੇ ਨਾ ਕਿ ਸਿਰ ਦਰਦ ਕਰਦਾ ਹਾਂਜੀ ਹਾਂਜੀ ਸਿਰ ਦਰਦ ਕਰਦਾ ਇਸ ਇਸ ਵਜਾਇ ਮੜੇ ਥੋੜੀ ਜੀ ਠੰਡ ਚ ਗਏ ਥੋੜੀ ਜੀ ਠੰਡੀ ਹਵਾ ਲੱਗੀ ਜਾਂ ਗੱਡੀ ਚੋਂ ਬਾਹਰ ਨਿਕਲ ਕੇ ਅਸੀਂ ਆਪਣੇ ਘਰੇ ਆਏ ਜਾਂ ਮੋਟਰਸਾਈਕਲ ਤੇ ਗਏ ਜਾਂ ਸਾਈਕਲ ਤੇ ਅਸੀਂ ਥੋੜਾ ਜਿਹਾ ਗੇੜਾ ਕੱਢਿਆ ਐਕਸਰਸਾਈਜ਼ ਵਾਸਤੇ ਤਾਂ ਸਾਡਾ ਸਿਰ ਦੁਖਣ ਲੱਗ ਜਾਂਦਾ ਇਹ ਉਹੀ ਕਾਰਨ ਹੈ ਬਲਗਮ ਕੀ ਹੁੰਦੀ ਹੈ ਇੱਕ ਠੰਡ ਦਾ ਰੂਪ ਹੈ ਠੰਡ ਨਾਲ ਜੰਮਦੀ ਹੈ ਇੱਥੇ ਬਲਗਮ ਜੰਮ ਗਈ ਤੁਹਾਡੇ ਮੜੀ ਜੀ ਹਵਾ ਲੱਗੀ ਤੁਸੀਂ ਸਵੇਰੇ ਜਦੋਂ ਉੱਠਦੇ ਆ ਹਾਂਜੀ ਉੱਠਦੇ ਆ ਪੈਰ ਫਰਸ਼ ਤੇ ਰਖਲੇ ਬਿਨਾ ਚੱਪਲ ਯਾ ਕੋਈ ਕੁਛ ਪਾਏ ਤੋਂ ਤਾਂ ਸਿੱਧੀ ਠੰਡ ਸਾਡੀ ਬੋਡੀ ਚ ਗਈ ਇਹ ਬਲਗਮ ਜਿਹੜੀ ਇੱਥੇ ਜੰਮੀ ਹੋਈ ਹੈ ਆ ਸਾਈਨਸ ਇਹਨਾਂ ਦੇ ਵਿੱਚ ਜੰਮ ਜਾਂਦੀ ਹੈ ਇੱਥੇ ਸਾਡੀਆਂ ਆ ਜਿਹੜੀਆਂ ਚੀਜ਼ਾਂ ਨੇ ਗੱਲਾਂ ਦੇ ਕੋਲ ਜੀ ਕਰਕੇ ਨੱਕ ਦੇ ਹਾਂ ਇਹ ਬਣ ਜਾਂਦੀਆਂ ਇਹ ਜਿਹੜੀ ਨੱਕ ਦੇ ਅੰਦਰ ਹੱਡੀ ਵਧਣ ਵਾਲਾ ਕੰਮ ਕਹਿ ਦਿੰਦੇ ਨੇ ਇਹ ਹੱਡੀ ਨਹੀਂ ਵਧਦੀ ਇਹ ਪੋਲਪਸ ਹੁੰਦੇ ਨੇ ਮਹਿਲ ਵਧ ਜਾਂਦੇ ਸੀ ਇਹ ਕਹਿ ਸਕਦੇ ਸੀ ਸਿੱਧੀ ਭਾਸ਼ਾ ਚ ਹਾਂ ਐ ਲਾ ਲੋ ਵੀ ਜਿਹੜੀ ਬਲੋਕੇਜ ਬਣ ਗਈ ਇੱਕ ਤਰ੍ਹਾਂ ਦੀ ਉਹ ਜਿਹੜੀ ਹੈਗੀ ਆ ਛੋਟੇ ਛੋਟੇ ਪੋਲਪਸ ਹੁੰਦੇ ਨੇ ਉਹ ਫੁੱਲ ਜਾਂਦੇ ਨੇ ਉਨਚ ਇਨਫਲੇਮੇਸ਼ਨ ਹੋ ਜਾਂਦੀ ਹੈ ਇਨਫਲੇਮੇਸ਼ਨ ਦਾ ਮਤਲਬ ਹੈ ਸੋਜ ਹੋ ਜਾਂਦੀ ਹੈ ਸੋਜ ਹੋਣ ਕਰਕੇ ਇਹ ਜਿਹੜਾ ਨੱਕ ਦੀ ਨਾੜੀ ਹੈ ਇਹ ਬੰਦ ਰਹੇਗੀ ਤੁਹਾਡੀ ਤੇ ਇਹ ਜਿਹੜਾ ਫਾਰਮੂਲਾ ਹੈ ਆਪਾਂ ਇਹਦੇ ਤੇ ਵੀ ਯੂਜ਼ ਕਰ ਸਕਦੇ ਹਾਂ ਬਹੁਤ ਵਧੀਆ ਹੁਣ ਸਾਈਨਸ ਜਿਹੜੀ ਹੈ ਉਹ ਬਹੁਤ ਲੋਕਾਂ ਦੀ ਇਸ ਫਾਰਮੂਲੇ ਨੇ ਠੀਕ ਕੀਤੀ ਹੈ ਜੀ ਜੀ ਚਲੋ ਫਿਰ ਇਹ ਨੁਸਖਾ ਫਾਰਮੂਲਾ ਸੀ ਬਣਾਇਆ ਹੋਇਆ ਸਾਨੂੰ ਇਹ ਦੱਸ ਦਿਓ ਵੀ ਇਹ ਬੰਨਾ ਕਿਵੇਂ ਹੈ ਸਾਰੀਆਂ ਚੀਜ਼ਾਂ ਨੂੰ ਕਿੰਨੇ ਕਿੰਨਾ ਦੇਖੋ ਤੁਸੀਂ ਅਸੀਂ ਲਿਖਿਆ ਵੀ ਹੋਇਆ ਇਸ ਫਾਰਮੂਲੇ ਦੇ ਵਿੱਚ ਜਿਹੜੀ ਮਿਸ਼ਰੀ ਹੈਗੀ ਹੈ 160 ਗ੍ਰਾਮ ਅਸੀਂ ਲਵਾਂਗੇ ਔਰ ਵੰਸ਼ ਲੋਚਨ ਹੈਗਾ ਅਸੀਂ 30 ਗ੍ਰਾਮ ਲਵਾਂਗੇ ਪੀਪਲ ਜਿਹਨੂੰ ਮਗਾ ਵੀ ਕਹਿੰਦੇ ਆ ਅਸੀਂ ਉਹਨੂੰ 40 ਗ੍ਰਾਮ ਲਵਾਂਗੇ ਛੋਟੀ ਇਲਾਇਚੀ 20 ਗ੍ਰਾਮ ਲਵਾਂਗੇ ਦਾਲਚੀਨੀ 10 ਗ੍ਰਾਮ ਲਵਾਂਗੇ ਉਸ ਤੋਂ ਬਾਅਦ ਦੀ ਗੱਲ ਡਾਕਟਰ ਸਾਹਿਬ ਦੱਸਣਗੇ ਅਸੀਂ ਸਾਰੀਆਂ ਚੀਜ਼ਾਂ ਲੈ ਲਈਆਂ ਜੀ ਤੁਸੀਂ ਠੀਕ ਹੈ ਜੀ ਲਿਖਿਆ ਪੜ੍ਹਤਾ ਬਹੁਤ ਮਿਹਰਬਾਨੀ ਤੁਹਾਡੀ ਹੁਣ ਇਸ ਫਾਰਮੂਲੇ ਨੂੰ ਬਣਾਉਣਾ ਕਿਵੇਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕੋਸ਼ਿਸ਼ ਕਰੋਗੇ ਅੱਡ ਅੱਡ ਪੀਸ ਲੈ ਜਾਏ ਅੱਡ ਅੱਡ ਪੀਸਣ ਤੋਂ ਬਾਅਦ ਇਹਨਾਂ ਸਾਰੀਆਂ ਨੂੰ ਇਕੱਠਾ ਠੇਵੀ ਦਾ ਪੀਸ ਲੈਣਾ ਜੀ ਕੰਮ ਮਕਾਈਏ ਸਾਰੇ ਅੱਡ ਅੱਡ ਕਿਉਂ ਪੀਸਣੀਆਂ ਨੇ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਹੈ ਜ ਜਿਹੜੀਆਂ ਕਿ ਕੁਝ ਰਹਿ ਜਾਂਦੀਆਂ ਨੇ ਰਹਿ ਜਾਂਦੀਆਂ ਮਤਲਬ ਘੱਟ ਪੀਸੀਆਂ ਜਾਂਦੀਆਂ ਫਿਰ ਤੁਸੀਂ ਛਾਣੋਗੇ ਦੁਬਾਰਾ ਪੀਸਣਾ ਪਏਗਾ ਤੁਹਾਨੂੰ ਉਹਦੇ ਨਾਲੋਂ ਚੰਗਾ ਕਿ ਤੁਸੀਂ ਹਕ ਲਕल्ली ਪੀਸ ਕੇ ਉਸ ਤੋਂ ਬਾਅਦ ਉਹਨਾਂ ਦਾ ਵਜ਼ਨ ਜਿਹੜਾ ਐਸ ਅਕੋਰਡਿੰਗ ਤੁਸੀਂ ਲੈ ਕੇ ਇਹਨੂੰ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆ ਚੀਜ਼ ਮਿਲ ਜੇਗੀ ਤੁਹਾਨੂੰ ਠੀਕ ਹੈ ਜੀ ਆ ਗਈ ਇਸ ਰੂਪ ਚ ਆ ਗਈ ਇਹ ਚੂਰਨ ਆ ਗਿਆ ਇਹ ਚੂਰਨ ਪ੍ਰਾਪਤ ਹੋ ਗਿਆ ਠੀਕ ਹੈ ਜੀ ਠੀਕ ਹੈ ਹੁਣ ਇਸ ਚੂਰਨ ਦਾ ਯੂਜ਼ ਕਿੱਦਾਂ ਕਰਨਾ ਹੈ ਜੀ ਛੋਟੇ ਬੱਚੇ ਐ ਤਾਂ ਉਹਨਾਂ ਲਈ ਸਿਰਫ ਇਨਕ ਜ਼ਿਆਦਾਤਰ ਛੋਟੇ ਬੱਚੇ ਨਹੀਂ ਸਾਹਮਣੇ ਔਖੇ ਹੋ ਜਾਂਦੇ ਨੇ ਜੀ ਇਸ ਵੇਲੇ ਕੋਈ ਕੁਝ ਲਿਆ ਕੇ ਫ੍ਰਿਜ ਤੋਂ ਖਾ ਗਿਆ ਕਦੇ ਕੁਝ ਲਿਆ ਕੇ ਬਾਹਰੋਂ ਖਾ ਗਏ ਉਹਨਾਂ ਨੂੰ ਜ਼ਿਆਦਾਤਰ ਔਖਾ ਹੁੰਦਾ ਜੀ ਇਹ ਮੌਸਮ 'ਚ ਦੇ ਜਿਹੜੇ ਛੋਟੇ ਬੱਚੇ ਹੈ ਨਾ ਉਹਨਾਂ ਦੀ ਪ੍ਰਕਿਰਤੀ ਕਫ ਹੀ ਹੁੰਦੀ ਹੈ ਬਚਪਨੇ ਚ ਕਫ ਹੁੰਦਾ ਜਵਾਨੀ ਚ ਜਿਹੜੀ ਪਿੱਤ ਹੁੰਦੀ ਹੈ ਗਰਮੀ ਵਾਲਾ ਸਰੀਰ ਹੋ ਜਾਂਦਾ ਹੈ ਹਨਾ ਜੋਸ਼ ਹੁੰਦਾ ਬੁਢਾਪੇ ਚ ਜਾ ਕੇ ਵਾਤ ਹੋ ਜਾਂਦੀ ਫਿਰ ਬੁੱਢੇ ਹੋ ਜਾਂਦੇ ਫਿਰ ਉਹ ਲੱਤਾਂ ਲੁੱਤਾਂ ਕੰਬਣੀਆਂ ਹੈ ਹਨਾ ਇਹ ਤੇ ਕਫ ਦੀ ਪ੍ਰਕਿਰਤੀ ਹੈ ਬੱਚਿਆਂ ਇਹ ਚਮਚਾ ਤੁਸੀਂ ਅੱਧਾ ਚਮਚਾ ਲੈ ਲਓ ਮੈਂ ਇੰਨਾ ਕੁ ਲਿਆ ਸੀ ਛੋਟੇ ਬੱਚਿਆਂ ਵਾਸਤੇ ਸਾਲ ਸਾਲ ਦਾ ਬੱਚਾ ਵੀ ਅਗਰ ਤੁਸੀਂ ਇਹਨੂੰ ਦੇਣਾ ਹੈ ਤਾਂ ਉਹਨੂੰ ਇੰਨਾ ਕੁ ਇੰਨਾ ਕੁ ਛਟਾ ਦੇਣਾ ਹੈ ਥੋੜਾ ਜਿਹਾ ਸ਼ਹਿਦ ਪਾਣਾ ਵਿੱਚ ਹੁਣ ਜੇ ਪੂਰੇ ਇਹ ਲੇ ਜਿਹੜੇ ਪੂਰੇ ਜਵਾਨ ਲੋਗ ਨੇ ਉਹਨਾਂ ਲਈ ਹਾਂ ਉਹਨਾਂ ਵਾਸਤੇ ਆ ਅੱਧਾ ਚਮਚ ਹੋ ਜਾਏਗਾ ਠੀਕ ਹੈ ਅੱਧਾ ਚਮਚ ਹੋ ਗਿਆ ਇਹਦੇ ਤੁਸੀਂ ਵਿੱਚ ਪਾਓਗੇ ਸ਼ਹਿਦ ਅੱਛਾ ਜੀ ਕਿੰਨਾ ਸ਼ਹਿਦ ਕਿੰਨਾ ਪਾਏਗਾ ਸ਼ਹਿਦ ਇਹਦੇ ਵਿੱਚ ਜ਼ਰੂਰਤ ਮੁਤਾਬਕ ਕੋਈ ਵੱਧ ਘੱਟ ਕੋਈ 슈ਗਰ ਵਾਲੇ ਨੇ ਤਾਂ ਭਾਈ ਉਹਨਾਂ ਵਾਸਤੇ ਇਸ ਫਾਰਮੂਲੇ ਨੂੰ 슈ਗਰ ਵਾਲੇ ਪਾਣੀ ਨਾਲ ਲੈ ਸਕਦੇ ਨੇ ਪਾਣੀ ਕੋਸੇ ਪਾਣੀ ਨਾਲ ਲੈ ਸਕਦੇ ਆ ਜੀ ਇਹ ਘਿਓ ਨਾਲ ਲੈ ਸਕਦੇ ਹੋ ਘਿਓ ਇੱਕ ਦੀ ਬੈਸਟ ਰੈਮਡੀ ਹੈ ਹਾਂ ਇਹ ਤੁਸੀਂ ਦੇਖੋ ਮਿਕਸ ਹੋ ਰਿਹਾ ਏ ਹੌਲੀ ਹੌਲੀ ਇਹਨੂੰ ਚੰਗੀ ਤਰ੍ਹਾਂ ਹੋਰ ਇਹਦਾ ਥੋੜਾ ਜਿਹਾ ਸ਼ਹਿਦ ਪਾ ਲਓ ਆਪਾਂ ਜਲਦੀ ਥੋੜਾ ਜਲਦੀ ਦਿਖਾਣਾ ਹੈ ਇਸ ਕਰਕੇ ਥੋੜਾ ਜਿਹਾ ਸ਼ਹਿਦ ਆਪਾਂ ਵੱਧ ਪਾ ਦਿੰਨੇ ਹਾਂ ਠੀਕ ਹੈ ਹਾਂਜੀ ਇਹ ਇੱਕ ਬੰਦੇ ਵਾਸਤੇ ਰੈਸਪੀ ਤਿਆਰ ਹੋ ਗਈ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਮਿਕਸ ਕਰਨਾ ਤੇ ਆ ਆਪਾਂ ਪੂਰੀ ਤਰ੍ਹਾਂ ਜਿਹੜਾ ਚੱਟ ਲੈਣਾ ਇਹਨੂੰ ਤੁਸੀਂ ਹੁਣ ਖੁਦ ਖਾ ਕੇ ਦੇਖੋ ਠੀਕ ਹੈ ਬਰੇਜ ਵੀ ਖਿਚ-ਖਿਚ ਜੀ ਹੋ ਰਹੀ ਸੀ ਜੀ ਅੱਜ ਸ਼ੁਕਰੀਆ ਜੀ ਲਾਉਂ ਤੋਂ ਵੀ ਖਵਾਇਆ ਸੀ ਜੀ 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 ਥੱਲੋਂ ਦੇਖਿਓ ਤੇ ਹੁਣ ਵੀ ਖਾ ਕੇ ਦੇਖੋ ਹਮ ਇਹ ਕੁਝ ਗੱਲਬਾਤ ਮੈਨੂੰ ਗੱਲਬਾਤ ਇਹ ਮਜ਼ਾ ਆ ਗਿਆ ਜੀ ਚਮਚਾ ਮੂੰਹ ਤੇ ਖੰਗ ਕੁਝ ਬਸ ਕੀtz ਕਿtz ਐ ਐਡਾ ਐਸੇ ਫਾਰਮੂਲੇ ਦੀ ਪਾਵਰ ਹੈ ਹੁਣ ਇਹਨੂੰ ਅਲੱਗ-ਅਲੱਗ ਤਰੀਕਿਆਂ ਨਾਲ ਤੁਸੀਂ ਕਿਸ ਤਰ੍ਹਾਂ ਯੂਜ਼ ਕਰਨਾ ਹੈ ਹੁਣ ਮੰਨ ਲਓ ਛੋਟੇ ਬੱਚਿਆਂ ਦਾ ਇੱਕ ਗੱਲ ਰਹੇਗੀ ਸੋਕੜਾ ਰੋਗ ਜਿਹੜੇ ਬੱਚੇ ਦਾ ਢਿੱਡ ਏਡਾ ਹੋ ਜਾਂਦਾ ਹਾਂਜੀ ਤੇ ਲੱਤਾਂ ਛਾਤੀ ਤਾਂ ਉੱਥੇ ਹੀ ਰਹਗੀ ਤੇ ਲੱਤਾਂ ਜਿਹੜੀਆਂ ਨੇ ਉਹ ਬਹੁਤ ਬਰੀਕ ਹੋ ਗਈਆਂ ਸੋਕੜਾ ਰੋਗ ਕਹਿੰਦੇ ਆ ਉਹਦੇ ਵਾਸਤੇ ਤੁਸੀਂ ਅਗਰ ਇਹਨੂੰ ਯੂਜ਼ ਕਰਨਾ ਤਾਂ ਬਾਜ਼ਾਰ ਦੇ ਵਿੱਚੋਂ ਇੱਕ ਪ੍ਰਵਾਲ ਪਿਸਤੀ ਨਾਂ ਦੀ ਚੀਜ਼ ਆਉਂਦੀ ਆ ਠੀਕ ਹੈ ਕਿਉਂ ਯਾਨੀ ਕਿ ਕਿਓ ਦੀਆਂ 4-5 ਬੂੰਦਾ ਤੇ ਸ਼ਹਿਦ ਦੀਆਂ ਅੱਧੇ ਪੌਣੇ ਚਮਚੇ ਜਿੰਨੀ ਇਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਅਗਰ ਤੁਸੀਂ ਉਹਨਾਂ ਨੂੰ ਦੇ ਦਿੰਦੇ ਹੋ ਬੱਚਿਆਂ ਨੂੰ ਤਾਂ ਥੋੜੇ ਦਿਨਾਂ ਦੇ ਅੰਦਰ ਅੰਦਰ ਕਿਉਂਕਿ ਇਹਨਾਂ ਦੇ ਵਾਸਤੇ ਆਪਾਂ ਦੱਸਿਆ ਸੀ ਜਿਹੜੀ ਬਨਸਲੋਚ ਨੇ ਵਿਟਾਮਿਨ ਡੀ ਔਰ ਹੱਡੀਆਂ ਨੂੰ ਤਾਕਤ ਦੇਣ ਦੀ ਪਾਵਰ ਉਹ ਆ ਕੇ ਤੇ ਬੱਚੇ ਦਾ ਸੋਕੜਾ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਜੀ ਜੀ ਅੱਛਾ ਡਾਕਟਰ ਸਾਹਿਬ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਇਹਨਾਂ ਦੇ ਫਾਰਮੂਲੇ ਬਣਾਉਣ ਦਾ ਕੰਮਕਾਰ ਬੜੇ ਨੇ ਅ ਕਰਾਂ ਚ ਬੱਚੇ ਸਾਡੀਆਂ ਅਨ ਜਿਹੜੀਆਂ ਗ੍ਰਹਿਣੀਆਂ ਹੈਗੀਆਂ ਨੇ ਬੱਚੇ ਵੀ ਸਾਹਮਣੇ ਨੇ ਘਰ ਵੀ ਸਾਹਮਣੇ ਨੇ ਜੇ ਕਈ ਵਾਰ ਨਹੀਂ ਟਾਈਮ ਹੁੰਦਾ ਫਿਰ ਤੁਹਾਡੇ ਕੋਲ ਇਹ ਨੁਸਖਾ ਫਾਰਮੂਲਾ ਅਪਡੇਟਡ ਵਰਜ਼ਨ ਚ ਪਿਆ ਹੈ ਅਪਡੇਟਡ ਵਰਜ਼ਨ ਵੀ ਹੈ ਸਾਡੇ ਕੋਲ ਰੌ ਫਾਰਮਸ ਵੀ ਹੈ ਇਹ ਵੀ ਲੈ ਸਕਦੇ ਆ ਲੋਗ ਮੰਗਵਾ ਵੀ ਸਕਦੇ ਆ ਜੇ ਜਿਨ੍ਹਾਂ ਨੇ ਪੂਰਾ ਰੈਡੀ ਲੈਣਾ ਹੈ ਨਾ ਸ਼ਹਿਦ ਦਾ ਝੰਝੜ ਕਰਨਾ ਨਾ ਕੋਈ ਹੋਰ ਜਿਹੜੀਆਂ ਦਵਾਈਆਂ ਨੇ ਉਹਦੇ ਚ ਕਮ ਸੇ ਕਮ ਹੀ 13 ਚੀਜ਼ਾਂ ਇਹਦੇ ਚ ਐਕਸਟਰਾ ਹੋਰ ਨੇ ਜਿਹੜੀਆਂ ਅਸੀਂ ਇਸ ਅਪਡੇਟਡ ਵਰਜਨ ਦੇ ਵਿੱਚ ਪਾ ਕੇ ਰੱਖਦੇ ਆ ਓਕੇ ਸ਼્વાસਨਿਲ ਹੈਗੀ ਆ ਜੀ ਇਹਨੂੰ ਨਹੀਂ ਭੁੱਲਦੇ ਜੀ ਲੋਕ ਮੈਂ ਵੀ ਨਹੀਂ ਭੁੱਲਦਾ ਹਾਂ ਬਿਲਕੁਲ ਇਹ ਸ਼્વાસਨਿਲ ਇਹ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਸੀਗਾ ਤੇ ਹੁਣ ਲਗਾਤਾਰ ਹਾਲੇ ਵੀ ਚੱਲੀ ਜਾ ਰਿਹਾ ਜਿਨ੍ਹਾਂ ਨੂੰ ਫਾਇਦਾ ਹੈ ਉਹ ਅੱਗੇ ਰਿਸ਼ਤੇਦਾਰਾਂ ਨੂੰ ਦੱਸੀ ਜਾ ਰਹੇ 8-8 10-10 ਪੀਸ ਆ ਛੋਟੇ ਵਾਲੀ ਹੈਗੀ ਆ ਚੀਜ਼ ਠੀਕ ਹੈ ਇਹਨਾਂ ਦੇ ਵਿੱਚ ਪੀਸ ਸਾਡੇ ਤੋਂ 4 ਪੀਸ ਦੇ ਦਿਓ ਜੀ 10 ਦੇ ਦਿਓ ਜੀ 8 ਦੇ ਦਿਓ ਜੀ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੱਕ ਇਹ ਦਵਾਈ ਪਹੁੰਚ ਚੁੱਕੀ ਪਕੌੜਿਆਂ ਲਈ ਖਾਂਗੇ ਵੀ ਠੀਕ ਕਰੋ ਪਕੌੜਿਆਂ ਲਈ ਖਿਚ-ਖਿਚ ਬਿਲਕੁਲ ਜੀ ਖਿਚ-ਖਿਚ ਦਾ ਕਿਸੇ ਵੀ ਤਰ੍ਹਾਂ ਦੀ ਹੈ ਉਹ ਤਾਂ ਤੁਸੀਂ ਇਹਨਾਂ ਚਾਰਾਂ ਤਿੰਨਾਂ ਚੀਜ਼ਾਂ 'ਚੋਂ ਕੋਈ ਕੱਲੀ ਵੀ ਇੱਕ ਚੂਸ ਲੈਣੋ ਨਾ ਮੌਕੇ ਦੇ ਉੱਤੇ ਤੁਹਾਡੇ ਕੋਲ ਕੋਈ ਵੀ ਚੀਜ਼ ਨਹੀਂ ਹੈਗੀ ਤਾਂ ਤੁਸੀਂ ਇਹ ਨਹੀਂ ਹੈਗਾ ਵੀ ਇਹਦਾ ਇੰਤਜ਼ਾਰ ਕਰੋ ਸਾਰੀਆਂ ਚੀਜ਼ਾਂ ਲੱਭੋ ਤੁਸੀਂ ਮਗਾ ਲੈ ਸਕਦੇ ਹੋ ਦਾਲ ਚੀਨੀ ਚੂਸ ਸਕਦੇ ਹੋ ਛੋਟੀਆਂ ਇਲਾਇਚੀਆਂ ਦੋ ਮੂੰਚ ਪਾ ਸਕਦੇ ਹੋ ਉਹਨੂੰ ਵੀ ਠੀਕ ਕਰਦੀ ਹੈ ਤੇ ਜਿੰਨੇ ਇਹ ਫਾਰਮੂਲੇਸ਼ਨ ਜਿਹੜੀ ਲੈਣੀ ਹੈ ਇਹ ਸ਼ਵਸਥੀਲ ਦੇ ਨਾਮ ਤੇ ਸਾਡੇ ਕੋਲ ਹਰ ਵੇਲੇ ਮੌਜੂਦ ਹੁੰਦੀ ਹੈ ਇਹ ਬ੍ਰਾਂਡ ਪ੍ਰੋਡਕਟ ਹੋ ਗਿਆ ਆਪਣਾ ਤੇ ਲੋਕ ਇਹਨੂੰ ਯੂਜ਼ ਕਰ ਸਕਦੇ ਆ ਜੀ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲ ਬਦਲੀ ਤੁਸੀਂ ਕਿਹਾ ਕਿ ਹਰ ਤਰ੍ਹਾਂ ਦੀ ਖਿਚਕਿਚ ਘਰ ਚ ਜਿਹੜੀ ਖਿਚਕਿਚ ਹੁੰਦੀ ਉਹ ਵੀ हट ਜੂ ਜੀ ਉਹ ਆਟੋਮੈਟਿਕਲੀ हट ਗਈ ਜੀ ਨਹੀਂ ਤਾਂ ਉਹ ਜਿਵੇਂ ਬਜ਼ੁਰਗ ਵਿਚਾਰੇ ਪਏ ਹੁੰਦੇ ਆ ਸਾਈਡ ਤੇ ਬਿਠਾਏ ਹੁੰਦੇ ਜਦੋਂ ਖੰਗਦਾ ਉਹਨਾਂ ਦਾ ਮੰਜਾ ਹੀ ਜਿਹੜਾ ਚੱਕ ਕੇ ਡੰਗਰ ਵਾਲੀ ਸਾਈਡ ਨੂੰ ਕਰ ਦਿੰਦੇ ਆ ਲੋਕ ਉਹ ਆਪਣੇ ਆਪ ਹੀ ਉਹ ਠੀਕ ਹੋਣਗੇ ਬਜ਼ੁਰਗਾਂ ਦਾ ਖਿਆਲ ਰੱਖੋ ਜੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੇ ਅਗਰ ਕਿਸੇ ਨੂੰ ਇਸ ਤਰ੍ਹਾਂ ਦੀ ਸਾਡੇ ਘਰ ਦਾ ਸ਼ਿੰਗਾਰ ਨੇ ਹਾਂ ਬਿਲਕੁਲ ਜੀ ਉਹਨਾਂ ਦੀ ਛਾਂ ਹੈ ਰੁੱਖ ਨੇ ਸਾਡੇ ਉਹਨਾਂ ਦੀ ਛਾਂ ਜੇ ਨਹੀਂ ਮਾਣੀ ਜੇ ਉਹ ਸਾਡੇ ਵਾਸਤੇ ਉਹਨਾਂ ਹੀ ਫੇਵਰ ਚ ਉਹਨਾਂ ਹੀ ਫਾਇਦੇਮੰਦ ਹੈ ਤੇ ਦੂਸਰੀ ਗੱਲ ਜਿਹੜੀ ਮੈਂ ਇਹ ਕਹਿਣੀ ਚਾਹੁੰਦਾ ਸੀ ਵੀ ਇਹ ਫਾਰਮੂਲਾ ਹਮੇਸ਼ਾ ਤੁਸੀਂ ਘਰ 'ਚ ਬਣਾ ਕੇ ਤਿਆਰ ਰੱਖ ਸਕਦੇ ਇਹ ਗਰਮੀ ਸਰਦੀਆਂ 'ਚ ਦੋਨੇ ਟਾਈਮ ਕੰਮ ਕਰੇਗਾ ਇਹ ਇਕੱਲੇ ਸਰਦੀਆਂ 'ਚ ਜ਼ਿਆਦਾ ਕੰਮ ਕਰਦਾ ਜੀ ਨਹੀਂ ਇਹ ਗਰਮੀ ਸਰਦੀ ਵਾਸਤੇ ਹੀ ਇਹ ਫਾਰਮੂਲਾ ਹਾਂ ਬਿਲਕੁਲ ਬੈਲੈਂਸ ਫਾਰਮੂਲਾ ਹੈ ਇਹਦੇ ਠੰਡੀਆਂ 'ਚ ਇਲਾਇਚੀ ਔਰ ਜਿਹੜਾ ਇਹ ਮਿਸ਼ਰੀ ਹੈ ਬਹੁਤ ਇਹ ਵੀ ਮਨਸਲੋਚਨ ਵੀ ਕਾਫੀ ਠੰਡੀ ਆਈਟਮ ਮੰਨੀ ਜਾਂਦੀ ਹੈ ਬਹੁਤ ਸ਼ਾਨਦਾਰ ਇਹ ਫਾਰਮੂਲਾ ਹੈ ਤੇ ਤੁਸੀਂ ਇਸ ਨੂੰ ਹਮੇਸ਼ਾ ਹੀ ਘਰ 'ਚ ਤਿਆਰ ਕਰਕੇ ਖੁਦ ਰੱਖੋ ਜਾਂ ਫਿਰ ਸਾਡੇ ਕੋਲੋਂ ਮੰਗਵਾ ਕੇ ਬੇਸ਼ੱਕ ਰੱਖੋ ਜੀ ਜੀ ਮੰਗਵਾ ਕੇ ਵੀ ਸਕਦੇ ਆ ਫਿਰ ਸਾਨੂੰ ਇੱਕ ਆਖਰ ਦੇ ਵਿੱਚ ਵੀ ਦੱਸ ਦੋ ਜੇਕਰ ਕਿਸੇ ਨੇ ਮੰਗਵਾਉਣਾ ਕਰਨਾ ਹੈ ਤੁਹਾਡੇ ਕੋਲੋਂ ਕਿਸੇ ਨੇ ਲੈਣਾ ਕਰਨਾ ਤਾਂ ਉਹ ਕੀ ਪ੍ਰੋਸੀਜਰ ਹੈਗਾ ਜੀ ਹਾਂ ਉਹ ਮਹਾਲੀ ਦੇ ਵਿੱਚ ਸਾਡਾ ਕਲੀਨਿਕ ਹੈ 10 ਫੇਜ ਐਸ ਸੀ ਐਫ 61 ਜਿਹੜਾ ਕਲੀਨਿਕ ਦਾ ਨੰਬਰ ਹੈਗਾ ਜਿਹੜਾ ਐਸ ਸੀ ਐਫ ਨੰਬਰ ਹੁੰਦਾ ਸ਼ੋਰੂਮ ਨੰਬਰ ਹੈ ਉੱਥੇ ਆ ਕੇ ਮਿਲ ਕੇ ਵੀ ਲਿਆ ਜਾ ਸਕਦਾ ਤੇ ਮੰਗਵਾਉਣਾ ਚਾਹੁੰਦੇ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਸਕਰੀਨ ਤੇ ਨੰਬਰ ਦਿੱਤੇ ਜਾ ਰਹੇ ਉਹ ਆਰਡਰ ਵੀ ਕਰ ਸਕਦੇ ਮਿਲ ਜੀ ਕ੍ਰੋਨਿਕਲ ਖਾਂਸੀ ਹੋਗੀ ਜੀ ਹਰੇਕ ਸਾਲ ਹੀ ਹਰੇਕ ਸਾਲ ਚੜਦੇ ਸਿਆਲ 'ਚ ਕਹਿੰਦੇ ਖਾਂਸੀ ਹੋਣੀ ਹੋਣੀ ਹੈ ਇਹ ਤਾਂ ਸ਼ਗਨ ਹੈ ਹਾਂ ਉਹ ਅਗਰ ਹੁੰਦੀ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਖਾਣਾ ਪੀਣਾ ਕਿਤੇ ਨਾ ਕਿਤੇ ਠੀਕ ਨਹੀਂ ਹੈਗਾ ਜਾਂ ਤੁਹਾਨੂੰ ਕਿਸੇ ਨਾ ਕਿਸੇ ਹੋਰ ਚੀਜ਼ ਤੋਂ ਅਲਰਜੀ ਹੈ ਜਿਹੜੀ ਉਹ ਆਉਂਦੀ ਹੈ ਤਾਂ ਤੁਹਾਨੂੰ ਇਸ ਜਿਹੜੀ ਜਿਵੇਂ ਡਸਟ ਚ ਗਏ ਉਹਦੇ ਤੇ ਕੰਮ ਕਰੇਗਾ ਬਿਲਕੁਲ ਉਹਦੇ ਤੇ 100% ਵਧੀਆ ਕੰਮ ਕਰੇਗਾ ਉਹਦੇ ਲਈ ਤੁਸੀਂ ਇੱਕ ਟੈਸਟ ਜਿਹੜਾ IgE ਟੈਸਟ ਹੁੰਦਾ ਹੈ ਅਲਰਜੀ ਦਾ ਉਹ ਪੂਰਾ ਪੈਨਲ ਹੁੰਦਾ ਉਹਦੇ ਚ ਮੈਡੀਸਨ ਤੋਂ ਕਿਸੇ ਤੋਂ ਅਲਰਜੀ ਹੈ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਅਲਰਜੀ ਹੈ ਕਿਸੇ ਨੂੰ ਲੌਂਗ ਤੋਂ ਅਲਰਜੀ ਕਿਸੇ ਨੂੰ ਕਾਜੂਆਂ ਤੋਂ ਅੱਜ ਕੱਲ ਅਲਰਜੀ ਆ ਜਾਂਦੀ ਹੈ ਖਰੋੜ ਤੋਂ ਆ ਗਈ ਬਦਾਮਾਂ ਤੋਂ ਵੀ ਆ ਇਹ ਡਰਾਈ ਫਰੂਟ ਵੀ ਤੇ ਨਕਲੀ ਚੱਲੇ ਜਾਂਦੇ ਨੇ ਡਾਕਟਰ ਬਸ ਬਸ ਇਹ ਵੀ ਕੁਝ ਵੀ ਕਿਸੇ ਨਾਲ ਵੀ ਅਲਰਜੀ ਆ ਗਈ ਕੁਝ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਉਸ ਤੋਂ ਬਾਅਦ ਤੁਸੀਂ ਇਹ ਫਾਰਮੂਲੇਸ਼ਨ ਜਿਹੜੀ ਬਣਾ ਕੇ ਰੱਖੋਗੇ ਹਮੇਸ਼ਾ ਹੀ ਤੁਹਾਨੂੰ ਕੰਮ ਦੇएगी ਦਮਾ ਦਮ ਦੇ ਨਾਲ ਲੋਕ ਬੋਲਦੇ ਆ ਠੀਕ ਹੈ ਜੀ ਦਮਾ ਦਮ ਦੇ ਨਾਲ ਹੀ ਜਾਂਦਾ ਨਹੀਂ ਅਸੀਂ ਪ੍ਰੂਵ ਕਰ ਚੁੱਕੇ ਆ ਬਹੁਤ ਸਾਰੇ ਸਾਡੇ ਪੇਸ਼ੈਂਟ ਨੇ ਜਿਨ੍ਹਾਂ ਦਾ ਦਮਾ ਹੂਪਿੰਗ ਕਫ ਹੈ ਚਾਇਓ ਤੇ ਚਾਇਓ ਕਾਰਡੀਕ ਅਸਥਮਾ ਆ ਗਿਆ ਉਹਨਾਂ ਦਾ ਤਮਕ ਸ਼્વાસ ਜਿਹਨੂੰ ਬੋਲਦੇ ਹਰ ਤਰ੍ਹਾਂ ਦੇ ਦਮੇ ਦੇ ਉੱਤੇ ਵੀ ਇਹਨੇ ਕੰਮ ਕੀਤਾ ਬਟ ਉਹਦੇ ਵਿੱਚ ਇਹ ਜ਼ਰੂਰ ਹੈ ਕਿ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਐਕਸਟਰਾ ਮੈਡੀਸਿਨ ਦਾ ਸਹਿਯੋਗ ਹੋ ਕੇ ਹਾਂ ਉਹ ਥੋੜਾ ਜਿਹਾ ਹੋਰ ਫਾਰਮੂਲਾ ਬਹੁਤ ਜ਼ਿਆਦਾ ਅਪਡੇਟਡ ਕਰਨਾ ਪੈਂਦਾ ਚਲੋ ਜੰਦਿਆਂ ਦੇ ਡਾਕਟਰ ਫਿਰ ਉਹ ਦੱਸ ਦੋ ਸਾਡੇ ਨਾਲ ਬੜੀ ਪ੍ਰਚਲਿਤ ਹੈਗੀ ਹੈ ਕੁੱਤਾ ਖਾਂਸੀ ਉਹ ਇੱਕ ਵਾਰ ਖੰਗ ਹੋ ਗਿਆ ਉਹ ਹੋ ਹੀ ਜਾਂਦੀ ਹੈ ਹੋ ਹੀ ਜਾਂਦੀ ਹੈ ਹੋ ਹੀ ਜਾਂਦੀ ਹੈ ਉਹਦੇ ਵਾਸਤੇ ਕੁਝ ਇਹਦੇ ਚ ਐਕਸਟਰਾ ਪਾਉਣਾ ਪਏਗਾ ਜੀ ਇਹਦੇ ਨਾਲ ਹੀ ਕੰਮ ਚੱਲ ਜਾਏਗਾ ਉਹਨੂੰ ਕੁੱਤਾ ਖੰਘ ਕਹਿੰਦੇ ਜੀ ਅਸੀਂ ਪੰਜਾਬ 'ਚ ਤਾਂ ਖੰਸੀ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਿ ਸਾਰਿਆਂ ਨੇ ਸੁਣਿਆ ਹੋਣਾ ਸੁਹਾਗਾ ਸੁਹਾਗੇ ਨੂੰ ਤੁਸੀਂ ਛੋਟੇ ਛੋਟੇ ਟੁਕੜੇ ਕਰਕੇ ਤਵੇ ਤੇ ਪਾ ਲਓ ਠੀਕ ਹੈ ਤਵੇ ਤੇ ਪਾ ਕੇ ਉਹਨੂੰ ਖਿਲਰ ਕਰ ਲਓ ਉਹ ਜਦੋਂ ਖਿਲਰ ਹੋ ਜਾਏਗਾ ਉਹ ਤੁਸੀਂ ਜਿੰਨੀ ਵੀ ਦਵਾਈ ਦੇਣੀ ਹੈ ਉਹਦੇ ਚ ਇੱਕ ਜਾਂ ਦੋ ਚੁੰਡੀਆਂ ਤੁਸੀਂ ਇਹਦੀ ਵੀ ਨਾਲ ਮਿਕਸ ਕਰਕੇ ਲੈ ਸਕਦੇ ਹੋ ਤੁਹਾਡੀ ਹੋਪਿੰਗ ਕਫ ਤੁਹਾਡੀ ਕੁੱਤਾ ਖੰਸੀ ਉਹ ਵੀ ਬਿਲਕੁਲ ਰਹੇਗੀ ਪਹਿਲੀ ਗੱਲ ਤਾਂ ਇਹ ਫਾਰਮੂਲਾ ਵੀ ਨਹੀਂ ਛੱਡਦਾ ਬਟ ਉਹ ਪਾ ਲਾਂਗੇ ਤਾਂ ਉਹਦੇ ਲਈ ਥੋੜਾ ਜਿਹਾ ਹੋਰ ਮਫੀਦ ਹੋ ਜੇ ਹਾਂ ਬਿਲਕੁਲ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਬੜਾ ਘੈਂਟ ਬੜਾ ਕਾਮਯਾਬ ਨੁਸਖਾ ਸਾਡਾ ਨਾਲ ਸਾਂਝਾ ਕਰਨ ਵਾਸਤੇ ਪਿਛਲੇ ਸਾਲ ਸਭ ਲੋਕਾਂ ਨੇ ਕਿਹਾ ਸੀ ਕਿ ਡਾਕਟਰ ਸਾਹਿਬ ਸਾਡਾ ਨੁਸਖਾ ਦੱਸ ਦਿਓ ਨੁਸਖਾ ਦੱਸ ਦਿਓ ਤੇ ਤੁਸੀਂ ਅੱਜ ਰਿਵੀਲ ਕੀਤਾ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਹੀਂ ਬਸ ਸੇਵਾ ਕੋਸ਼ਿਸ਼ ਕਰੀ ਦੀ ਹੈ ਵੀ ਜਿੰਨੀ ਹੋ ਜੇ ਬਾਕੀ ਛੋਟੀ ਜੀ ਵੀਡੀਓ ਹੁੰਦੀ ਹੁੰਦੀ ਹੁੰਦੇ ਜਿੰਨਾ ਕੁਛ ਅਸੀਂ ਕਹਿ ਸਕਦੇ ਆ ਦੱਸ ਸਕਦੇ ਆ ਉਹ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਘਰੇ ਬੈਠੇ ਹੀ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਾਣ ਕਿ ਤਾਂ ਕਿ ਡਾਕਟਰਾਂ ਤੋਂ ਥੋੜਾ ਬਹੁਤਾ ਖੇੜਾ ਲੋਕਾਂ ਦਾ ਛੁੱਟ ਸਕੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਜਿਨ੍ਹਾਂ ਨੇ ਅੱਜ ਆਪਣਾ ਜਿਹੜਾ ਸਵਾਸ਼ ਨਿਲ ਵਾਲਾ ਨੁਸਖਾ ਹੈਗਾ ਫਾਰਮੂਲਾ ਹੈਗਾ ਦੱਸਿਆ ਕਿ ਕਿਸ ਤਰੀਕੇ ਨਾਲ ਬੰਨਣਾ ਹੈ ਮਿਸ਼ਰੀ ਹੈਗੀ ਹੈ ਮਗਾ ਹੈਗੀਆਂ ਨੇ ਦਾਲਚੀਨੀ ਹੈਗੀ ਵਨਸ਼ ਲੋਚਨ ਹੈਗਾ ਛੋਟੇ ਇਲਾਇਚੀ ਔਰ ਸ਼ਹਿਦ ਦੇ ਸੁਮੇਲ ਨਾਲ ਇਹ ਚੀਜ਼ ਬਣਾਈ ਹੈ ਔਰ ਮੈਨੂੰ ਲੱਗਦਾ ਮੈਨੇ ਟੇਸਟ ਕੀਤਾ ਕਿ ਬਹੁਤ ਮਜ਼ੇਦਾਰ ਚੀਜ਼ ਹੈਗੀ ਹੈ ਸਵਾਦਾ ਸਵਾਦ ਤੇ ਖਾਂਸੀ ਦਾ ਫਿਰ ਇਹ ਜਿਹੜਾ ਬੁਰਾ ਹਾਲ ਅਸੀਂ ਇਹ ਕਹਿ ਦਈਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਵੀਡੀਓ ਹੋਰ ਨਾ ਵੀਡੀਓ ਤੇ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਗੁਰਮੀਤ ਸਿੰਘ ਜੀ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸੰਬੰਧਤ ਦੇਖੋ ਜੀ ਮੈਨੂੰ ਤਾਂ ਡਾਕਰ ਵੀ ਆ ਗਿਆ ਡਾਕਟਰ ਸਾਹਿਬ ਡਾਕਰ ਆਇਆ ਹੁਣੇ ਹੁਣੇ ਇਹਦੇ ਚ ਇੱਕ ਚੀਜ਼ ਫਿਰ ਰਹੀ ਗਈ ਜੀ ਤੁਹਾਡੇ ਡਕਾਰ ਤੋਂ ਮਨਚੇਤਾ ਆ ਜਿਨ੍ਹਾਂ ਲੋਗਾ ਨੂੰ ਭੁੱਖ ਨਹੀਂ ਲੱਗਦੀ ਉਹ ਵੀ ਇਹ ਫਾਰਮੂਲਾ ਯੂਜ਼ ਕਰ ਸਕਦੇ ਆ ਤਾਂ ਜਿਹੜੀ ਤੁਹਾਨੂੰ ਹਾਜਮੇ ਤੋਂ ਸੰਬੰਧਤ ਸਮੱਸਿਆ ਹੋ ਜਾਂਦੀ ਹੈ ਵੀ ਹਾਜਮ ਨਹੀਂ ਹੋ ਰਿਹਾ ਬਹੁਤ ਦੇਰ ਹੋ ਗਈ ਇੱਥੇ ਛਾਤੀ ਤੇ ਹੀ ਪਿਆ ਹੋਇਆ ਤੁਸੀਂ ਅਗਰ ਇਸ ਚੀਜ਼ ਨੂੰ ਯੂਜ਼ ਕਰਦੇ ਹੋ ਤਾਂ ਉਹ ਤੁਹਾਡੀ ਭੁੱਖ ਵੀ ਜਿਹੜੀ ਖਰਾਬ ਹੋਈ ਹੋਈ ਹੈ ਉਹ ਲੱਗਣੀ ਦੁਬਾਰੇ ਸਟਾਰਟ ਹੋ ਜਾਂਦੀ ਹੈ ਦੈਟਸ ਅ ਵੇ ਉਹ ਕਈ ਵਾਰ ਹੁੰਦਾ ਜੀ ਸਾਲਾਂ ਦੇ ਵਿੱਚ ਆ ਕੇ ਨਾ ਉਹ ਮੂੰਹ ਚੂਹੀ ਤੇ ਢਿੱਡ ਖੁਈ ਹੋ ਜਾਂਦਾ ਭੁੱਖ ਲੱਗਦੀ ਵੀ ਬਹੁਤ ਹੈ ਜੀ ਉਹਦੇ ਤੇ ਵੀ ਬੈਲੈਂਸ ਕਰੇਗਾ ਉਹ ਇੱਕ ਇੱਕ ਚੀਜ਼ ਹੋਗੀ ਨਾ ਭੁੱਖ ਸਰਦੀਆਂ ਦੇ ਵਿੱਚ ਕਿਉਂਕਿ ਸਾਡੇ ਸਰੀਰ ਦੀ ਅਗਨੀ ਜਿਹੜੀ ਹੈ ਉਹ ਅੰਦਰ ਹੀ ਅੰਦਰ ਰਹਿੰਦੀ ਹੈ ਉਹ ਸਾਰਾ ਕੁਝ ਪਸਮੀ ਭੂਤ ਕਰੀ ਤਰੀ ਜਾਂਦੀ ਉਹ ਭੁੱਖ ਉਹਦੇ ਕਰਕੇ ਵੱਜ ਜਾਂਦੀ ਹੈ ਹਾਲਾਂਕਿ ਦੇਖੋ ਉਹਦੇ ਲਈ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਠੀਕ ਹੈ ਤੁਸੀਂ ਇਹਨੂੰ ਇਸ ਮਾਮਲੇ ਤੱਕ ਹੀ ਰਹਿਣ ਦਿਓ ਆਪਾਂ ਕਿਸੇ ਹੋਰ ਵੀਡੀਓ 'ਚ ਨਵੀਂ ਗੱਲ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਸਾਡੇ ਲਈ ਇੱਕ ਨਵਾਂ ਟੌਪਿਕ ਵੀ ਮਿਲ ਗਿਆ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਭੁੱਖ ਹੈਗੀ ਹੈ ਸਿਆਲ ਦੇ ਵਿੱਚ ਲੱਗਦੀ ਹੈ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਇਸ ਮੁੱਦੇ ਦੇ ਉੱਤੇ ਗੱਲ ਕਰੀਏ ਕਿਉਂਕਿ ਅਕਸਰ ਕਹਾਵਤ ਇੱਕ ਮਸ਼ਹੂਰ ਹੈਗੀ ਹੈ ਕਿ ਮੂੰਹ ਚੂਹੀ ਤੇ ਢਿੱਡ ਕੂਹੀ ਯਾਨੀ ਕਿ ਛੋਟਾ ਜਿਹਾ ਮੂੰਹ ਤੇ ਢਿੱਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਨੇ ਆਪ ਗੱਪ-ਗੱਪ ਕਰਕੇ ਉਹ ਖਤਮ ਹੋ ਜਾਂਦੀਆਂ ਨੇ ਤੇ ਸਿਹਤ ਵੀ ਹੈ ਜਿਹੜੀ ਉਹਦੀ ਨਹੀਂ ਬਣਦੀ ਕੋਸ਼ਿਸ਼ ਕਰਾਂਗੇ ਅਗਲੀ ਵਾਰ ਉਹ ਨੁਸਖਾ ਫਾਰਮੂ ਕਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਹਕੀਮ ਵੈਦ ਦੀ ਸਲਾਹ ਜ਼ਰੂਰੀ ਹੈ ਆਪਣੀ ਮਰਜ਼ੀ ਨਾਲ ਇਸਤੇਮਾਲ ਜੇਕਰ ਤੁਸੀਂ ਨੁਸਖਾ ਕਰੋਗੇ ਤਾਂ ਜਿਹੜਾ ਤੁਹਾਡਾ ਨੁਕਸਾਨ ਹੋਏਗਾ ਉਹਦੇ ਜ਼ਿੰਮੇਵਾਰ ਵੀ ਤੁਸੀਂ ਖੁਦ ਹੋਵੋਗੇ ਧੰਨਵਾਦ